ਸੈਂਟਰ ਜੌਂਟੀ ਆ ਵੀਰੇ, ਜੌਂਟੀ ਆ। ਨਾਲ ਹੀ ਉਧਰਲੇ ਪਾਸੇ ਜੱਸੀ ਗੁਜਰਾਂ ਦਾ ਜੇਕਰ ਬਾਲ ਮਾਰ ਕੇ ਨੰਬਰ ਜੋੜਦਾ ਤੇ ਮਨਜੀਤ ਆਇਆ ਹੋਇਆ। ਮਨਜੀਤ ਕਹਿੰਦਾ ਵੀ ਆਪਾਂ ਰੁਪਈਆ 500 ਦੇਵਾਂਗੇ। ਮਾਮੇ ਭੂਆ ਦੇ ਮੁੰਡੇ ਨੇ, ਮੁੰਡੇ ਬਹੁਤ ਬਹੁਤ ਧੰਨਵਾਦ ਹੈ, ਬੜਾ ਪਿਆਰ ਸਤਿਕਾਰ ਹੈ। ਹਰ ਬਾਈ ਕਹਿ ਰਿਹਾ ਵੀ ਜੇ ਜੱਸੀ ਬਾਲ ਮਾਰ ਕੇ ਨੰਬਰ ਜੋੜਦਾ ਤੇ ਮਾਣ ਆਪਾਂ ਵੱਡੇ ਕਰਾਂਗੇ। ਬਾਈ ਰਾਏਸਰ ਵਾਲੇ ਬੰਟੀ ਨੇ ਕਮਾਲ ਕਰ ਦਿੱਤੀ ਹੈ, ਸਰਦਾਰ ਬਹੁਤ ਚੋਟੀ ਦਾ ਪ੍ਰਦਰਸ਼ਨ ਕਰੀ ਤੁਰਿਆ ਆਉਂਦਾ ਹੈ। ਸੋਹਣਾ ਮੈਚ ਹੈ ਗਰਾਊਂਡ ਨੰਬਰ 1 ਦੇ ਵਿੱਚ ਵੀ, ਉਧਰ 2 ਨੰਬਰ ਗਰਾਊਂਡ ਦੇ ਵਿੱਚ ਵੀ ਦੋਨੋਂ ਟੀਮਾਂ ਕਹਿੰਦੇ ਟਾਪ ਦੀਆਂ ਨੇ। ਇੱਕ ਜ਼ਿਲ੍ਹੇ ਮਾਨਸਾ ਦੀ ਟੀਮ ਹੈ ਤੇ ਇੱਕ ਪਾਸੇ ਮੁੰਡੇ ਜਿਹੜੇ ਉਹ ਜ਼ਿਲ੍ਹੇ ਫਾਜ਼ਿਲਕਾ ਦੇ ਵਿੱਚੋਂ ਆਏ ਹੋਏ ਆ। ਰਾਮਕੋਟ ਦੀ ਟੀਮ ਕਹਿੰਦੇ ਮੰਨੀ ਪ੍ਰਬੰਧੀ ਟੀਮ ਹੈ, ਬਹੁਤ ਲੰਬੇ ਸਮੇਂ ਤੋਂ ਜਿਹੜਾ ਪਿੰਡ ਵਾਲੀਵਾਲ ਨਾਲ ਜੁੜਿਆ ਹੋਇਆ ਹੈ। ਰਾਮਕੋਟ ਪਿੰਡ ਅੱਜ ਵੀ ਢਾਕਾ ਜੀ ਨੇ ਬੜੀ ਤਗੜੀ ਵਾਲੀਵਾਲ ਖੇਡੀ ਹੈ ਤੇ ਮੁੰਡੇ ਵੀ ਕਹਿੰਦੇ ਉਹਨਾਂ ਦੇ ਪਾਏ ਪੂਰਨੇ ਦੇ ਚੱਲ ਰਹੇ ਆ। ਰਾਮਕੋਟੀਆਂ ਕਹਿੰਦੇ ਸੁਰੇਸ਼ ਆਇਆ ਹੋਇਆ ਹੈ। ਲੈ ਵੀ ਕਿੰਨੇ ਕਿੰਨੇ ਸਕੋਰ ਆ ਬਿੰਦਰੀ, 2 ਗੁੱਜਰਾਂ ਦੀ ਟੀਮ ਦੇ ਤੇ 3 ਨੰਬਰ ਜਿਹੜੇ ਰਾਏਸਰ ਦੀ ਟੀਮ ਦੇ ਹੈ ਜੀ। 3-2 ਸਭ ਤੋਂ ਲੰਬਾ ਅੱਜ ਦੇ ਟੂਰਨਾਮੈਂਟ ਦਾ ਹਜੇ ਰੱਖਦਾ, ਡੇਢ ਘੰਟਾ ਗੱਲ ਕਰੂੰਗੀ ਸਾਨੂੰ ਹਾਂਜੀ ਹਾਂਜੀ ਰਜਨ ਕੁਮਾਰ ਜੀ ਕੀ ਹਾਲ ਨੇ, ਪੁਆਇੰਟ ਦੱਸਦੇ ਆ ਵੀਰੇ, ਦੱਸਦੇ ਆ ਸਟਾਰਟ ਹੀ ਆ ਵੀਰੇ ਮੈਚ ਅਜੇ। ਨਵੀਂ 3-2 ਦਾ ਮੁਕਾਬਲਾ ਇਧਰਲੇ ਪਾਸੇ ਖੇਡਿਆ ਜਾ ਰਿਹਾ ਹੈ। ਮੈਨ ਖੁਰਡ ਵਾਲਾ ਨਵਾਬ ਖੇਡ ਰਿਹਾ ਅੱਜ ਰਾਏਸਰ ਦੀ ਟੀਮ ਦੇ ਲਈ। ਸੋਹਣਾ ਮੁਕਾਬਲਾ ਜੀ ਇਧਰ ਗੁੱਜਰਾਂ ਵਾਲਾ ਕਹਿੰਦੇ ਜੱਸੀ ਖੇਡਦਾ ਹੈ, ਵੱਡੀ ਟੀਮ ਹੈ। ਮੈਨ ਖੁਰਦ ਵਾਲਾ ਕੋਸ਼ਿਸ਼ ਜੀ ਕਰ ਰਿਹਾ ਵੀ ਦਿਲਾ ਖੇਡ ਇਸ਼ਕ ਦੀ ਬਾਜੀ ਕਦੇ ਹਰ ਕੇ ਪਹਿਦੀ ਨਾ ਆਓ, ਖਿਡਾਰੀ ਜਿੱਤ ਵੀ ਜਾਂਦੇ ਨੇ। ਆਹ ਬੱਲੇ 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 ਵਾਹ ਮੁੰਡਿਆ, ਗੁੱਜਰਾਂ ਪਿੰਡ ਕਹਿੰਦੇ ਦਵਿੰਦਰ ਬਾਈ ਦਾ ਪਿੰਡ ਹੈ। ਛੋਟੂ ਮਾਜਰਾ ਨਹੀਂ ਹੈ ਬਾਈ, ਪੁਆਇੰਟ 1 ਬਰਾਬਰੀ ਹੈ ਵੀਰੇ ਮੇਰੇ ਖਿਆਲ ਚ। ਨਾਲ ਹੀ ਉਧਰ ਮੈਚ ਗਰਾਊਂਡ ਨੰਬਰ 2 ਤੇ ਵੀ ਸ਼ੁਰੂ ਹੋ ਚੁੱਕਿਆ ਜੀ। ਦੋਨੋਂ ਤਗੜੀਆਂ ਟੀਮਾਂ ਨੇ, ਵੇਖਾਂਗੇ ਵੀ ਕਿਹੜੀ ਟੀਮ ਜਿੱਤ ਕੇ ਹੁਣ ਸੈਮੀ ਦੇ ਵਿੱਚ ਜਗ੍ਹਾ ਬਣਾ ਦੇਗੀ। ਇਹ ਵੀ ਗੱਲ ਕਹਿੰਦੇ ਟਾਈਮ ਟਾਈਮ ਦੀ ਹੈ ਮੇਰੇ ਮਿੱਤਰੋ। ਮੈਚ ਗਰਾਊਂਡ ਨੰਬਰ 1 ਤੇ ਵੀ ਤਗੜਾ ਬਹੁਤ ਲੰਬੇ ਟਾਈਮ ਤੋਂ ਖੇਡਿਆ ਜਾ ਰਿਹਾ। ਬਈਏ ਬਾਲ ਦੀ ਟੀਮ ਤੇ ਖੁੱਲੀ ਵਾਲੀਆਂ ਮੁੰਡੇ ਗਰਾਊਂਡ ਨੰਬਰ 3 ਦੇ ਵਿੱਚ ਚਲੇ ਜਾਣ, ਇਸ ਤੋਂ ਬਾਅਦ ਬਈ ਔਰ ਨਾਲ ਹੀ ਇਸ ਤੋਂ ਬਾਅਦ ਪਿੰਡ ਵਾਲੇ ਹਰ ਗਏ। ਸੰਦੀਪ
ਤੂੰ ਕਿੱਥੇ ਸੰਦੀਪ? ਹੈਲੋ, ਨਾਲ ਹੀ ਉਧਰ ਅਕਲੀਏ ਵਾਲਾ ਪੰਮਾ ਬਈਆਂ ਦੀ ਜੁੰਟੀ ਦੀ ਖੇਡ ਤੇ ਮਾਣ ਕਰਦਾ। ਬਈਆਂ ਦਾ ਜੁੰਟੀ ਖੇਡ ਰੰਗ ਚੈਣਿਆਂ ਦੀ ਟੀਮ ਦੇ ਲਈ, ਹਰ ਉਧਰ ਅਕਲੀਏ ਵਾਲਾ ਪੰਮਾ ਕਹਿ ਰਿਹਾ ਵੀ ਜੁੰਟੀ ਮੇਰੀ ਪਹੁੰਚੇਗਾ ਖੇਡਣ ਦੇ ਲਈ। ਔਰ ਵੀਰ ਕਹਿੰਦਾ ਵੀ ਕੱਲੇ ਕੱਲੇ ਸ਼ਾਟ ਤੇ ਆਪਾਂ ਨੋਟਾਂ ਦਾ ਮੀਂਹ ਭਰਾ ਦਿਆਂਗੇ, ਰੌਣਕਾਂ ਜਿਹੜੀਆਂ ਲੱਗਣਗੀਆਂ। ਵੀਰ ਕਹਿੰਦੇ ਵੀ ਆਪਾਂ ਮੇਲਾ ਜਿਹੜਾ ਭਰਾਵਾਂ ਨੇ ਕਰਵਾਇਆ ਵੀ ਪਹੁੰਚਣਾ ਜ਼ਰੂਰ ਹੈ। ਅਗਲੀਆਂ ਵਾਲਾ ਕਹਿੰਦੇ ਪੰਮਾ ਯੰਗ ਪ੍ਰਮੋਟਰ ਸਾਡੀ ਖੇਡ ਵਾਲੀਬਾਲ ਦਾ, ਉਹ ਵੀ ਜੁੜ ਬੈਠਾ ਬਈਆਂ ਦੇ ਜੁੰਟੀ ਦੀ ਖੇਡ ਤੇ ਮਾਣ ਕਰਦਾ। ਵੀਰ ਸਾਡਾ ਕਹਿ ਰਿਹਾ ਵੀ ਆਪਾਂ ਭੰਗੜੇ ਪਵਾ ਦਿਆਂਗੇ, ਦਾਦੂਰੀ ਧਰਤੀ ਤੇ ਗੱਲਾਂ ਹੋਰ ਗਈਆਂ ਮੇਰੇ ਮਿੱਤਰੋ। ਹਾਂਜੀ, ਕਿੰਨੇ ਕਿੰਨੇ ਸਕੋਰ ਹੋ ਗਏ ਬਾਈ ਗਰਾਊਂਡ ਨੰਬਰ 2 ਦੇ ਦੱਸੋ ਜੀ? ਕਿਆ ਬਾਤ ਹੈ, ਵਾਹ ਓਏ ਤੇਰੇ। ਇਧਰਲੇ ਪਾਸੇ ਕਦੇ ਗੁਜਰਾਣਾ ਜੱਸੀ ਸਮੈਸ਼ਰ ਦਾ ਵੀ ਚੋਟੀ ਦਾ ਮੰਨਦਾ ਹੈ ਬੱਬੂ ਜਾ ਵਸਿਆ ਵਿੱਚ ਕਨੇਡਾ ਦੇ, ਤੇ ਮੁੰਡਿਆਂ ਦੀ ਕਹਿੰਦੇ ਖੇਡ ਦੇ ਚਰਚੇ ਹੁੰਦੇ ਆ ਜ਼ਰੂਰ, ਔਰ ਮੇਲਾ ਵੀ ਜਦੋਂ ਕਰਵਾਉਂਦੇ ਗੁਜਰਾਣੇ ਬਾਈ ਚੈਨ ਹੋਣੇ ਤੇ ਕਹਿੰਦੇ ਚਰਚਾ ਹੁੰਦੀ ਹੈ। ਮੈਨੂੰ ਲੱਗਦਾ ਵੀ ਬਿੰਦਰੀ ਮੈਚ ਬਰਾਬਰ ਹੋ ਗਿਆ, ਆਹ 4 ਹੋ ਗਏ ਲੱਗਦਾ, 4-3 17 ਨਾ ਮੈਚ। ਮੁੰਡਾ ਸੰਦੀਪ ਵਰਮਾ ਹੈਗਾ ਲੋਹਾਲ ਲਈ, ਰਹਿੰਦਾ ਹੰਗਰੀ ਦੇ ਵਿੱਚ, ਅਤੇ ਸੰਦੀਪ ਵਰਮਾ ਹੰਗਰੀ ਤੋਂ ਸਟਾਰ ਭੇਜੇ ਨੇ ਭਰਾ ਨੇ ਮਾਲਾ ਦਾ ਜੀ। ਨਾਲ ਹੀ ਉੱਧਰ ਸੰਦੀਪ ਵਰਮਾ ਸਾਡਾ ਵੀਰ ਹੰਗਰੀ 'ਚ ਵੱਸਦਾ ਹੈ, ਔਰ ਮਾਲਵਾ ਬੈਲਟ ਭੇਜ ਦੇ ਲਈ ਵੀਰ ਨੇ ਜਿਹੜੇ ਸਟਾਰ ਭੇਜੇ ਆ, ਬਹੁਤ ਬਹੁਤ ਧੰਨਵਾਦ ਮੈਂ ਕਰਾਂਗਾ ਸਾਡੇ ਵੀਰ ਦਾ। ਲੈ ਵੀ ਮੈਚ ਦੇ ਚੋਟੀ ਦਾ ਐਵੀ ਸੋਖਿਆ ਬਾਲਾਂ ਮੋੜਨੀਆਂ ਪੈਣਗੀਆਂ ਜੇ ਜਿੱਤਣਾ ਤੇ, ਕਿਉਂਕਿ ਗੁਜਰਾਂ ਦੀ ਟੀਮ ਵੀ ਮੰਨੀ ਪ੍ਰਬੰਧੀ ਟੀਮ ਹੈ, ਉਹ ਮੁੰਡਿਆਂ ਦੀ ਚਰਚਾ ਵੱਡਿਆਂ ਸਟਾਰਾਂ ਵਿੱਚ ਹੋ ਰਹੀ ਹੈ। ਇੱਧਰ ਕਹਿੰਦੇ ਜਸ਼ਟੇਸ਼ਵਰ ਖੇਡ ਰਿਹਾ ਖਿਡਾਰੀ, ਦੰਦ ਕਰੀਏ ਮੁੰਡਿਆਂ ਦੇ ਨਾਲ ਪਿਆਰ ਹੈ, ਪਰ ਇੱਧਰਲੇ ਪਾਸੇ ਅੱਜ ਕਹਿੰਦੇ ਉਹ ਜੱਸੀ ਨੇ ਦੱਸਿਆ ਵੀ ਮਿਹਨਤ ਕੀਤੀ ਹੋਈ ਹੈ, ਮਹਿਲ ਖੁਰਦ ਵਾਲਿਆ ਗੁਆਂਢੀ ਪਿੰਡਾ ਤੇਰਾ ਰਾਇਸਰ ਤੇ ਮਾਣ ਕੀਤਾ ਮੁੰਡਿਆਂ ਨੇ, ਤੇ ਮਾਣ ਹੁਣ ਰੱਖਣਾ ਵੀ ਪਊਗਾ, ਜੇ ਮਾਣ ਮੁੰਡਿਆਂ ਨੇ ਕੀਤਾ ਤੇ ਮਾਣ ਹੁਣ ਰੱਖਣਾ ਪੈਣਾ। ਬੰਟੀ ਅਗਲੀ ਸਰਵਿਸ ਕਰਨ ਦੇ ਲਈ ਤਿਆਰ ਪਰ ਤਿਆਰ ਹੈ। ਮੈਚ 2 ਨੰਬਰ ਗਰਾਊਂਡ ਤੇ ਵੀ ਤਗੜਾ ਕਾਲੂ, ਕਿੰਨਿਆਂ ਸਕੋਰ ਵੀਰੇ? 2 ਆਲੋ ਵਾਲਾ ਹਰ ਗਈ ਸੰਦੀਪ, ਹਰ ਗਈ ਵੀਰੇ। ਹਾਂਜੀ ਹਾਂਜੀ, ਸ਼ਾਰ ਕੀ ਹਾਲਾ ਵੀਰੇ, ਵਧੀਆ। ਰੈਸਰ ਦਾ ਮੈਚ ਹੈਗਾ ਵਾਲੀਬਾਲ ਐਂਡ ਗੱਲਬਾਤ ਪੇਜ ਤੇ ਅੰਦਰ। ਛੋਟੂ ਨਹੀਂ ਹੈ ਬਾਈ,
ਗਵਾਨਖੇੜੀ ਦਾ ਮੈਚ ਹੋਣਾ ਵੀ ਨਹੀਂ ਹਜੇ, ਮੈਚ ਚੱਲਦਾ ਉੱਧਰ ਨੰਦਗੜ੍ਹ ਦਾ ਅਤੇ ਕਿਹਦੇ ਨਾਲ ਮੈਚ ਨੰਦਗੜ੍ਹ ਦਾ ਨੰਦਗੜ੍ਹ ਦਾ ਮੈਚ ਚੱਲਦਾ ਗਾ ਉੱਧਰ, ਦੂਜੀ ਟੀਮ ਦੱਸਦਾ ਕਿਹੜੀ ਉਹਦੀ ਜੇਤੂ ਨਾਲ ਦਵਾਉਣ ਖੇਡਦਾ ਮੈਚ। ਬਈਆਲ ਜੱਟਗੀ ਬਈਆਲ ਸੁਰਿੰਦਰ ਹਾਂ ਰੌਕੀ ਜੈਰਾਮਪੁਰ ਤੇ ਨੰਦਗੜ੍ਹ ਦਾ ਮੈਚ ਚੱਲਦਾ ਉੱਧਰ, ਉਹਦੀ ਜੇਤੂ ਦਾ ਮੈਚ ਹੋਣਾ ਦੀਵਾਨ ਖੇੜੇ ਦਾ। ਹੈਲੋ ਲੈ ਵੀ ਬਹੁਤ ਸੋਹਣਾ ਮੈਚ ਜਿਹੜਾ ਚੱਲ ਰਿਹਾ ਹੈ। ਪ੍ਰਧਾਨ ਨੰਬਰ ਪੁੱਛੀ ਮੇਰਾ ਵੀਰ ਬਣ ਕੇ ਕਿੰਨੇ ਕਿੰਨੇ ਹੋ ਗਏ ਗਰਾਊਂਡ ਨੰਬਰ ਦੋ ਤੇ, ਚੈਨਿਆਂ ਦੀ ਟੀਮ ਵੀ ਕਹਿੰਦੇ ਬੰਦੀ ਟੀਮ ਆ ਬੰਦੀ ਪਰ ਬੰਦੀ ਟੀਮ ਆ, ਆਓ ਸਾਹਮਣੇ ਕਹਿੰਦੇ ਮੁਕਾਬਲਾ ਬੜਾ ਜ਼ਬਰਦਸਤ ਖੇਡਿਆ ਜਾ ਰਿਹਾ ਹੈ ਉੱਧਰ। ਸੋਹਣਾ ਮੈਚ ਗਰਾਊਂਡ ਨੰਬਰ ਦੋ ਤੇ ਵੀ ਔਰ ਤਿੰਨ ਨੰਬਰ ਗਰਾਊਂਡ ਤੇ ਵੀ, ਇੱਧਰ ਵੀ ਦੋਨੋਂ ਟੀਮਾਂ ਕਹਿੰਦੇ ਬਰਾਬਰੀ ਦੀਆਂ ਬੈਲੈਂਸ ਟੀਮਾਂ ਖੇਡ ਰਹੀਆਂ ਹੈ। ਗੱਭਰੂ ਕਹਿੰਦੇ ਜਿੱਤਣ ਦੇ ਲਈ ਜ਼ੋਰ ਲਾ ਰਹੇ ਹੈ। ਨੰਬਰਦਾਰ ਪੁੱਛੀ ਸਕੋਰ ਕਿੰਨੇ ਕਿੰਨੇ ਬਾਈ ਗਰਾਊਂਡ ਨੰਬਰ ਦੋ ਦੇ, ਲੈ ਵੀ ਦੱਸੀ ਕਿਹੜਾ ਕਾਲੂ ਨਾ ਹੀ ਕਾਲੂ ਹੈ ਮੁੰਡਾ ਤੇ ਸਮਾਸ ਰੱਖਿਆ ਕਿੰਨੇ ਕਿੰਨੇ ਆ, ਕਿੰਨੇ ਨਹੀਂ ਹੈ ਬਾਈ ਛੋਟੂ ਤਿੰਨ ਤਿੰਨ ਇੱਥੇ ਰਾ ਲੈ ਵੀ ਤਿੰਨ ਤਿੰਨ ਨੰਬਰ ਆ ਬਾਈ ਦੋਵੇਂ ਟੀਮਾਂ ਦੇ, ਇੱਕ ਵਾਰੀ ਤਾੜੀ ਮਾਰੋ ਦੋਵੇਂ ਟੀਮਾਂ ਲਈ ਯਾਰ। ਆਓ ਪਰਮ ਕਹਿੰਦੇ ਚੈਨਿਆਂ ਦਾ ਲਾ ਵੀ ਦਰਸ਼ਕੀ ਦੇ ਜਿਹੜੇ ਹੁਣ ਬਾਲ ਦਾ ਟੱਪਾ ਪਾਇਆ ਮੁੰਡੇ ਨੂੰ ਗੱਡੀ ਵੀ ਮਿਲੀ ਆ ਅਲਟੋ ਤੇ ਲੈ ਵੀ ਪਰਮ ਹੁਣ ਤੇ ਗੱਲਾਂ ਫਿਰ ਹੋਰ ਨੀ ਗੱਡੀ ਦੀਆਂ। ਆਓ ਸਾਹਮਣੇ ਕਹਿੰਦੇ ਖਾਣੀ ਤੇ ਹੋਣਾ ਟਿਕਾਣੇ ਲਾਊਗਾ ਚੁਬਰਾ ਨਿਰ ਤੇ ਆਉਂਦੀਆਂ ਜਾਂਦਾ ਕਈ ਕਈ ਬਾਲਾਂ ਕਹਿੰਦੇ ਫੜ ਜਾਂਦਾ ਜੇ ਕਈ ਵੀ ਪੂਰੇ ਸੀਜ਼ਨ ਦਾ ਬੈਸਟ ਨੈਟਮੈਨ ਬਣਦਾ ਵੀ ਦਮਖਮ ਰੱਖਦਾ ਮੁੰਡਾ। ਆਓ ਕਹਿੰਦੇ ਪਰਮ ਚੈਨੇ ਵਾਲੀ ਆ ਹਰਪ੍ਰੀਤ ਤੋਂ ਬਿਨਾਂ ਨੀ ਬੋਲਦਾ, ਆਹ ਗੱਲਾਂ ਕਹਿੰਦੇ ਹੁੰਦੀਆਂ ਨੇ। ਵਿਕਰਨੀ ਦੰਦੀਆਂ ਸ਼ਰਬ ਦੀ ਅੱਖੀਆਂ ਸਹੀ ਹੋ ਰਹੀ ਮੇਰੇ ਦੰਦਾਰ ਦੀਆਂ ਗੱਲਾਂ ਹੁੰਦੀਆਂ ਨੇ। ਮੈਂ ਵੀ ਨੱਤੀਆਂ ਦਾ ਵੀਰ ਬਿੰਦਰ ਦਾ ਜ਼ਰੂਰ ਧਿਆਨ ਰੱਖੀ ਲਾਓ ਸਾਹਮਣੇ ਕਹਿੰਦੇ ਬਈ ਵਾਲਾ ਚੌਂਟੀ ਡਿਗਰੇ ਕਬਾਲਾ ਚੱਕਦਾ ਹੈ। ਅੱਜ ਦੇ ਟੂਰਨਾਮੈਂਟ ਦੇ ਗੁੱਜਰ ਵਾਲੇ ਮੁੰਡਿਆਂ ਨੇ ਵੀ ਬੜਾ ਤਗੜਾ ਪ੍ਰਦਰਸ਼ਨ ਕੀਤਾ ਮੇਰੇ ਮਿੱਤਰੋ। ਆਹ ਕਹਿੰਦੇ ਬੜੇ ਪੁਰਾਣੇ ਖੇਡੀ ਤੁਰੇ ਆਉਂਦੇ ਪਹਿਲੇ ਸਮਿਆਂ ਦੇ ਤਗੜੇ ਆ ਤੇ ਦੂਜੇ ਪਾਸੇ ਅੱਜ ਰਾਏਸਰ ਦੀ ਟੀਮ ਦੇ ਲਈ ਮੈਲ ਖੁਰਦ ਪਿੰਡ ਉਹ ਸੰਤੋਖਾ ਸੁੱਟ ਲਿਆ ਮੁੰਡਿਆਂ ਨੇ ਵੀ ਉੱਠ ਸੋਹਣੇ ਵੀਰ ਹੁਣ ਤੇ ਵੀ ਉੱਠੋ ਜੀ ਤੁਹਾਡੀ ਜਾਨ ਗੁੱਡ ਮਾਰਨਿੰਗ ਕਹਿੰਦੀ ਆ ਕਿਉਂਕਿ ਹੁਣ ਤੇ ਦੂਜਾ ਦਿਨ ਚੜ੍ਹਨ ਤੋਂ ਤਿਆਰ ਹੋ ਜਾਣਾ ਕਿਉਂਕਿ ਦਿਨ ਵੀ ਬਦਲ ਜਾਣਾ ਮਿੰਟ ਅੱਠ ਰਹਿ ਗਏ
ਤੇ ਤਰੀਕ ਵੀ ਬਦਲ ਜੂਗੀ ਸੋਹਣੇ ਵੀਰ ਤੇ ਟਾਈਮ ਵੀ ਬਦਲ ਜੂਗਾ। ਆਹ ਗੱਲਾਂ ਹੋਣਗੀਆਂ 8 ਮਿੰਟਾਂ ਤੋਂ ਬਾਅਦ, ਤਰੀਕ 26 ਤੋਂ 27 ਹੋ ਜਾਣੀ ਹੈ। ਆਪਣਾ ਤੇ ਕੰਮ ਹੀ ਆ ਵੀ ਬਾਲਦੀ ਦੇ ਤੀਰ ਪਾਉਣੇ। ਲੈ ਵੀ ਖੇਡੋ ਮੇਰਾ ਵੀਰ, ਤੇ ਗੱਲ ਹੀ ਫੇਰ ਬਣਦੀ। ਹਾਂਜੀ, ਕਿਆ ਗੱਲ ਹੋ ਗਈ? ਵਧੀਆ ਵਧੀਆ ਰਾਹੁਲ ਗੁੱਜਰ, ਕਿਆ ਹਾਲ ਹੈ ਬਾਈ? ਕਹਿੰਦੇ ਅੱਜ ਹੁਣ ਢਾਕਾ ਜੀ ਦੀ ਗੱਲ ਚੱਲਦੀ ਤੇ ਚਰਚੇ ਵੱਡੇ ਹੁੰਦੇ, ਸਰੇ ਥੋੜੀ ਬਾਹਰ ਜ਼ਿਆਦਾ ਲੱਗਦੀ। ਕੋਈ ਗੱਲ ਨਹੀਂ, ਲਵੀ ਖੇਲੋ ਮੇਰਾ ਵੀਰ। ਹਾਂ ਲਵੀ, ਕੱਲ੍ਹ ਮੁੱਠੀ ਭਾਵੇਂ ਕੋਰ ਬਦਾਣੇ ਪਕੌੜੀਆਂ ਦੀ ਖਾ ਲਾ ਸੋਹਣੇ ਵੀਰ। ਹਾਂ ਕਿਉਂਕਿ ਲਵੀ ਸੁਰੇਸ਼ ਹੋ ਧਿਆਨ ਰੱਖ ਕੇ ਮੇਰਾ ਵੀਰ, ਮਾੜਾ ਮੋਟਾ ਚੱਲਦਾ ਰਹਿੰਦਾ। ਦੋਵੇਂ ਟੀਮਾਂ ਪੁਆਇੰਟ ਪਹੁੰਚ ਜਾਂਦੇ ਇੱਕੋ ਜੀਆਂ ਨੇ ਤੇ ਗੱਲਾਂ ਹੋਣ ਗਈਆਂ ਬੜੀਆਂ ਚੋਟੀ ਦੀਆਂ ਟੀਮਾਂ ਨੇ। ਆਹ ਪਤਾ ਕੁਝ ਨੀ, ਰਾਮ ਕੋਟ ਵਾਲਾ ਕਹਿੰਦੇ ਆ ਲੰਬੇ ਲੰਬੇ ਜਿਹੜੇ ਬਾਲਾਂ ਦੇ ਵਾਲਾ ਖੇਡਦਾ ਨਾ ਬਾਈ ਜੀ, ਇਹਦਾ ਪਤਾ ਕੁਝ ਨੀ। ਉਹ ਗਾਣਾ ਦੇ ਕਹਿੰਦੇ ਸਿਮਰ ਦਰਾਹੇ ਨੇ ਇਹਦੇ ਤੇ ਲਿਖਿਆ ਸੀਗਾ ਵੀ ਇਕੱਲੇ ਬਾਲ ਵੀ ਵਧਾਏ ਜਾਂਦੇ ਨੇ, ਬੰਬੇ ਵੀ ਵਧਾਏ ਬੜੇ ਨੇ। ਇਹ ਰਾਮ ਕੋਟ ਵਾਲਾ ਸੁਰੇਸ਼ ਆ ਤੇ ਗੱਲਾਂ ਹੁੰਦੀਆਂ ਨੇ। ਆਹ ਪਰ ਦੂਜੇ ਪਾਸੇ ਉਹ ਟੀਮਾਂ ਹੈ ਜਿਹੜੀ ਟੀਮ ਕਹਿੰਦੇ ਵੱਡੀਆਂ ਵੱਡੀਆਂ ਟੀਮਾਂ ਦੇ ਚੱਲਦੇ ਸਮੇਂ ਦੇ ਟੀਮਾਂ ਦੇ ਕਹਿੰਦੇ ਮੂੰਹ ਮੋੜ ਦਾ ਦਮਖਮ ਰੱਖਦੀ। ਆਹ ਕਹਿੰਦੇ ਚਿਹਰੇ ਵਾਲੀਏ ਮੁੰਡੇ, ਆਹ ਗੱਲਾਂ ਹੁੰਦੀਆਂ ਨੇ। ਸੈਂਟਰ ਤੇ ਵਾਲੀਬਾਲ ਦਾ ਕਹਿੰਦੇ ਪ੍ਰਿੰਸ ਖੇਡਦਾ ਜਸਟੇਸ਼ਵਰ, ਅੱਜ ਫਿੱਟ ਹੋਇਆ ਫਿਰਦਾ। ਆਹ ਮੁੰਡਾ ਕਹਿੰਦੇ ਕਮਾਲਪੁਰੀ ਅੱਜ ਧੁੱਕੀ ਕੱਢੀ ਤੁਰਿਆ ਆਉਂਦਾ,
ਬਾਦ ਜਦੋਂ ਪਤਿਆ ਜਾਂਦਾ ਨਵਾਬ ਜਿਹੜਾ ਮੁੰਡਾ ਨੀਲੇ ਰੰਗ ਦੀ ਟੀ ਸ਼ਰਟ ਖੇਡਦਾ ਇੱਕ ਨੰਬਰ ਗਰਾਊਂਡ ਚ ਇਹ ਜਸੇਸ਼ਵਰ ਹੈ ਹਕਮਾਲ ਪੁਰਾ ਪਿੰਡ ਆ ਗੱਲਾਂ ਸੰਗਰੂਰ ਇਲਾਕੇ ਦੀਆਂ ਹੁੰਦੀਆਂ ਨੇ ਲਵੀ ਪ੍ਰਿੰਸ ਵੀਰ ਸਾਡਾ ਪ੍ਰਿੰਸ ਗੁਰਨਾ ਉਹ ਕਹਿੰਦਾ ਚੋਟੀ ਜਿੰਨੀਆਂ ਵੀ ਸਿੰਗਲ ਹੈਂਡ ਦੀਆਂ ਪਾਲਾਂ ਲਾਉਂਦਾ ਹੈ ਤੇ ਉਨੇ ਹੀ 100 ਦੇ ਵੱਡੇ ਮਾਣ ਕਰ ਦੇਣਗੇ ਕਦੇ ਬਈ ਤਜਿੰਦਰ ਯੂਐਸਏ ਵਾਲਾ ਮਾਣ ਕਰਦਾ ਕਮਾਲ ਕਰੀ ਤੁਰਿਆ ਆਉਂਦਾ ਖੇਡ ਦੇ ਮੈਦਾਨ ਦੇ ਵਿੱਚ ਉਧਰਲੇ ਪਾਸੇ ਮੋਹਿਤ ਸ਼ੂਟਿੰਗ ਬਾਲ ਵਾਲਾ ਮੋਹਿਤ ਕਹਿੰਦਾ ਵੀ ਜੇ ਜੈਰਾਪੁਰ ਦੀ ਟੀਮ ਮੈਚ ਮੇਰੇ ਖਿਆਲ ਨਿਬੜ ਗਿਆ ਨਾ ਵਾਹ ਜੀ ਬੋਲ ਕੌਣ ਜਿੱਤ ਗਏ ਜੀ ਨੰਦਗੜ੍ਹ ਮੇਰੇ ਖਿਆਲ ਨੰਦਗੜ੍ਹ ਯੈਸ ਲੈ ਵੀ ਆਓ ਜਲਦੀ ਦੇ ਨਾਲ ਵੀਰੇ ਬਈਏਵਾਲ ਦੀ ਟੀਮ ਦੇ ਖਿਡਾਰੀ ਬਈਏਵਾਲ ਦੇ ਠੁੱਲੀਵਾਲ ਗਰਾਊਂਡ ਨੰਬਰ 3 ਚ ਚਲੇ ਜਾਓ ਜਲਦੀ ਦੇ ਨਾਲ ਮੇਰਾ ਵੀਰ ਬਣ ਕੇ ਬਈਏਵਾਲ ਤੇ ਠੁੱਲੀਵਾਲ ਟੌਪ ਦਾ ਮੁਕਾਬਲਾ ਖੇਡਿਆ ਜਾਣਾ ਹੈ ਲੈ ਵੀ ਅੱਜ ਦੇ ਵਿੱਚ ਮੈਚ ਹੋਏ ਨਾ ਤਲਵੰਡੀ ਵਾਲੇ ਮੁੰਡੇ ਆਏ ਨੇ ਪਟਿਆਲੇ ਤੋਂ ਬਾਈ ਉਹ ਬੈਠੇ ਮੇਰੇ ਖਿਆਲ ਆਉਂਦਾ ਵੀ ਕਾਹਲੂ ਤੇਰੇ ਪਿਛਲੇ ਪਾਸੇ ਬੈਠੇ ਹੱਥ ਖੜਾ ਕਰੋ ਬਾਈ ਜਿੱਥੇ ਪਟਿਆਲੇ ਵਾਲੇ ਮੁੰਡੇ ਬੈਠੇ ਆ ਆਓ ਬੈਠਿਆ ਬਾਈ ਇਹ ਮੁੰਡੇ ਕਹਿੰਦੇ ਸਾਡੇ ਇਲਾਕੇ ਦੇ ਵਿੱਚ ਅੱਜ ਮੈਚ ਹੋਏ ਤੇ ਮੈਚ ਵੇਖਣ ਦਾ ਸਾਨੂੰ ਨਜ਼ਾਰਾ ਵੀ ਆਇਆ ਤੇ ਵੀਰ ਕਹਿੰਦੇ ਬਾਈ ਜੀ ਓਦਾਂ ਦੇ ਅਸੀਂ ਲਾਈਵ ਹੀ ਵੇਖਦੇ ਰਹਿੰਦੇ ਜਾਂ ਲਾਈਵ ਜਾਂ ਫਿਰ ਯੂਟਿਊਬ ਦੇ ਜਿਹੜੇ ਮੈਚ ਪਏ ਹੁੰਦੇ ਆ ਤੇ ਅੱਜ ਵੀਰ ਬਾਈ ਜੀ ਸਪੈਸ਼ਲ ਆਲੂਵਾਲ ਦੇ ਵਿੱਚ ਮੈਚ ਵੇਖਣੀ ਆਏ ਆ ਪਟਿਆਲੇ ਤੋਂ ਇੱਕ ਵਾਰੀ ਇਹਨਾਂ ਵੀਰਾਂ ਦੇ ਵੀ ਤਾੜੀ ਮਾਰ ਦਿਓ ਬਾਈ ਜੀ ਜੋੜਦੇ ਨੇ ਹੋਰ ਵੀ ਬਾਈ ਜੀ ਕਈ ਟੂਰਨਾਮੈਂਟਾਂ ਦੇ ਨਾਲ ਵੇਖਦਾ ਹੁੰਦਾ ਕਈ ਵਾਰ 250 ਕਿਲੋਮੀਟਰ ਤੋਂ ਬਾਈ ਜੀ ਵੀਰ ਮੈਚ ਵੇਖਣੀ ਆਉਂਦੇ ਹੁੰਦੇ ਆ ਕਿਉਂਕਿ ਇਹ ਕਰੇਜ ਹੀ ਏਦਾਂ ਦਾ ਕੋਈ ਖੇਡ ਦਾ ਜੇ ਇਸ਼ਕ ਲੱਗ ਜੇ ਨਾ ਫਿਰ ਬੜੀ ਵੱਡੀ ਗੱਲ ਹੋ ਜਾਂਦੀ ਹੈ ਅੱਜ ਆਲੂ ਵਾਲੀਏ ਸਾਰੇ ਭਰਾਵਾਂ ਨੂੰ ਵੱਡੀਆਂ ਮੁਬਾਰਕਾਂ ਨੇ ਜਿਨ੍ਹਾਂ ਦੀ ਮਿਹਨਤ ਅੱਜ ਸਫਲ ਹੈ ਉਹ ਗੱਲਾਂ ਹੋ ਗਈਆਂ ਟੂਰਨਾਮੈਂਟ ਸਫਲਤਾ ਦੇ ਪੱਲ ਮੈਚ ਝੋਟੀ ਦੇ ਖੇਡ ਜਾ ਰਹੇ ਖੇਡ ਦੇ ਮੈਦਾਨ ਦੇ ਵਿੱਚ ਉਹ ਗੱਲਾਂ ਹੁੰਦੀਆਂ ਵੀ ਮਾੜਾ ਹੁੰਦਾ ਘਰ ਚ ਕਲੇਸ਼ ਸਹੇਲੀ ਦਾ ਤੇ ਸਪੀਕਰ ਤੇ ਫੋਨ ਲਾਈ ਦੇਣੀ ਸਹੇਲੀ ਦਾ ਤੇ ਡਰੀਏ ਖੁਦਾ ਤੋਂ ਉੱਤੇ ਨੂੰ ਨਾ ਥੁੱਕੀਏ ਤੇ ਲੱਭ ਲੈਂਦੀ ਮੌਤ ਭਾਵੇਂ ਕਿਤੇ ਲੁਕੀਏ ਤੇ ਸੌ ਲੱਗੇ ਰਾਤਾਂ ਨੂੰ ਨਾ ਮਿਹਨਤ ਕਰਨੀ ਪੈਂਦੀ ਧੱਕੇ ਕਾਲੂ ਧੱਕੇ ਖਾ ਕੇ ਅਕਲਾਉਂਦੀ ਹੈ ਬਦਾਮਾ ਨਾ ਨੀ ਅਕਲਾਉਂਦੀ ਇਲਾਕੇ ਦੀ ਟੀਮ ਹੈ ਸੁਰਿੰਦਰ ਗਿੱਲ ਜੀ ਸੁਰਿੰਦਰ ਗਿੱਲ ਜੀ ਵੀ ਲਾਈਵ ਤੱਕ ਰਿਹਾ ਜੀ ਮਹਿਲ ਖੁਰਦ ਵਾਲਾ ਨਵਾਬ ਮੈਂ ਜਿੱਤਦਾ ਤੇ 100 ਸਟਾਰ ਪੰਜਾਬ ਵੀਰੇ ਬਈਏਵਾਲ ਦੀ ਟੀਮ ਦੇ ਖਿਡਾਰੀ ਦੇ ਠੁੱਲੀਵਾਲ ਆਓ ਯਾਰ 3 ਨੰਬਰ ਗਰਾਊਂਡ ਵਿੱਚ ਮੈਚ ਖੇਡਣ ਦੇ ਲਈ ਬੇਨਤੀ ਹੈ ਬਈਏਵਾਲ ਤੇ ਠੁੱਲੀਵਾਲ ਦੀ ਟੀਮ ਦਾ ਮੈਚ ਹੈ ਕੁਆਟਰ ਮੈਚ ਜਲਦੀ ਨਾਲ ਮੁੰਡੇ ਗਰਾਊਂਡ ਨੰਬਰ 3 ਜਾਣਗੇ ਜੀ ਮੈਂ ਵੀ ਆਓ ਜੀ ਜਲਦੀ ਦੇ ਨਾਲ ਗਾਣੇ ਵੀ ਕੇ ਐਸ ਮੱਖਣ ਦੇ ਬਾਹਲੇ ਲਾਉਂਦਾ ਕਿਆ ਬਾਤ ਹੈ
ਮੈਚ ਇੱਕ ਨੰਬਰ ਦਾ ਵੀ ਸਰੀਰ ਖੇਡਿਆ ਯਾਰ, ਇੱਕ ਪਾਸੇ ਸੰਤਰਾ ਨਵਾਸੀ ਦਾ ਪਿੰਡ ਹੈ, ਮਲਦਾ ਰਹਿੰਦੇ ਸੂਰਜਾ ਕਮੀਆਂ ਦੇ ਵਿਹੜੇ, ਧਰਤੀ ਮਾਂ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ, ਜਿਲ੍ਹੇ ਬਰਨਾਲੇ ਦਾ ਰਹਿ ਸਰ ਪਿੰਡ, ਪ੍ਰਸਿੱਧ ਪੰਜਾਬੀ ਲੋਕ ਹੈ ਕਹਿੰਦੇ ਅਵਤਾਰ ਚੰਕ ਦੀ ਧਰਤੀ ਹੈ, ਅਮਨ ਜੋਤੀ ਜੋੜੀ ਦੀਆਂ ਗੱਲਾਂ ਹੋਈਆਂ ਅਵਤਾਰ ਚੰਕ ਦੇ ਨਾਲ, ਮੁੰਡੇ ਕਹਿੰਦੇ ਰਹਿ ਸਰੀਏ ਜੱਸਾ ਖੇਡਦਾ ਨਿਊਜ਼ੀਲੈਂਡ, ਮਾਲਵਾ ਦੀ ਖੇਡ ਕਲੱਬ ਦੇ ਲਈ ਯੱਗੀ ਵਾਲੀਆ ਰੱਬ ਵਾਲੀਆ ਜੱਗੀ ਪ੍ਰਧਾਨ ਇਸ ਕਲੱਬ ਦਾ, ਸਾਰੇ ਭਰਾ ਕਹਿੰਦੇ ਰਹਿ ਸਰੀਏ ਜੱਸਾ ਦੋ ਮੇਲੇ ਹੋਏ ਹੈ ਤੇ ਦੋਨੋਂ ਮੇਲਿਆਂ ਦਾ ਕਹਿੰਦੇ ਬਿਸ਼ਟ ਰਿਹਾ, ਬੜੇ ਮਾਣ ਵਾਲੀ ਗੱਲ ਹੈ, ਬਹੁਤ ਵਧੀਆ ਮੁਕਾਬਲਾ ਲਓ ਸਬਲ ਦਾ ਕਹਿੰਦੇ ਫੇਰ ਚੈਣੇ ਵਾਲ ਦੇ ਖਾਤੇ ਜੁੜਗੀ, ਇੱਕ ਪਾਸੇ ਜ਼ਿਲ੍ਹਾ ਮਾਨਸਾ ਖੇਡ ਰਿਹਾ ਹੈ, ਸਿੱਧੂ ਮੂਸੇ ਵਾਲੇ ਦਾ ਕਹਿੰਦੇ ਜ਼ਿਲ੍ਹਾ ਜ਼ਿਲ੍ਹੇ ਮਾਨਸਾ ਦੀ ਟੀਮ ਖੇਡ ਰਹੀ ਹੈ, ਬਹੁਤ ਸੋਹਣਾ ਮੁਕਾਬਲਾ ਆਪਾਂ ਤੱਕ ਰਹੇ ਹੈ, ਤਿੰਨ ਦਾ ਮੈਚ ਚਲਾ ਦਈਏ ਜੀ, ਮੈਚ ਨੀ ਚੱਲਿਆ, 12:02 ਦਾ ਸਮਾਂ ਹੋ ਗਿਆ, ਹਲੇ ਕੁਆਟਰ ਮੈਚ ਚੱਲਦੇ ਹੈ ਤੇ ਗੱਲ 3-4 ਤੇ ਜਾ ਕੇ ਖੜਨੀ ਹੈ, ਬੇਨਤੀ ਹੈ ਮੇਰੀ ਜਲਦੀ ਦੇ ਨਾਲ ਨੰਬਰਦਾਰ ਜੀ ਮੈਚ ਚਲਾ ਦਈਏ ਆਪਾਂ, ਬਈਆਲ ਦੀ ਟੀਮ ਆ ਗਈ ਹੈ ਜੀ, ਫੁੱਲੀਵਾਲ ਵਾਲੇ ਮੁੰਡੇ ਨਹੀਂ ਸਨੀ ਆ, ਬੜੀ ਸੀਨੀਅਰ ਟੀਮ ਹੈ, ਹਾਜੂ ਭਰਾ ਬਣ ਕੇ ਹੈ ਟੀਮ ਨੂੰ ਤੇ ਮੇਰਾ ਨੀ ਕਹਿਣ ਨੂੰ ਜੀ ਕਰਦਾ, ਹਾਜੂ ਵੀਰ ਬਣ ਕੇ ਆਪ ਹੀ ਕਹਿੰਦੇ ਰੂਲਸ ਤੁਹਾਡੇ ਤੋਂ ਸ਼ੁਰੂ ਹੁੰਦੇ ਜੀ, ਆਪਾਂ ਹੀ ਲੇਟ ਹੋ ਗਏ, ਫੇਰ ਤੇ ਕਹਾਣੀ ਖਤਮ ਹੈ, ਨਹੀਂ ਕਿਹੜਾ ਰੈਫਰੀ ਹੈ ਨੰਬਰਦਾਰਾ, ਬਾਲ ਦੀ ਬਾਤ ਤੇ ਚਲਾ ਦਈਏ ਮੈਚ, ਲੈ ਵੀ 12 ਹੋ ਗਏ ਇੱਧਰ, 12 ਨੰਬਰ ਹੋ ਗਏ ਜੀ ਰਾਜਸਰ ਦੀ ਟੀਮ ਦੇ, ਤੇ 8 ਨੰਬਰ ਆ ਜਿਹੜੇ ਗੁਜਰਾਂ ਦੀ ਟੀਮ ਦੇ, 4 ਪੁਆਇੰਟਾਂ ਦਾ ਕਹਿੰਦੇ ਫਰਕ ਆ, 4 ਪੁਆਇੰਟਾਂ ਦੀ ਲੀਡ ਜਿਹੜੀ ਮੁੰਡਿਆਂ ਨੇ ਬਣਾ ਲਈ ਹੈ, 2 ਨੰਬਰ ਗਰਾਊਂਡ ਤੇ ਵੀ ਮੈਚ ਬਹੁਤ ਟੌਪ ਦਾ ਹੈ, ਔਰ 3 ਤੇ ਮੈਂ ਸ਼ੁਰੂ ਕਰ ਲੂ ਮੇਰਾ ਵੀਰ ਬਣ ਕੇ ਜਲਦੀ ਦੇ ਨਾਲ, ਆਓ ਬੱਲੇ ਕਮਾਲ ਤੁਰੀ ਤੁਰੇ ਆਉਂਦੇ ਆ ਮੁੰਡੇ, ਇੱਧਰ ਗੁਜਰਾਂ ਦੀ ਟੀਮ ਵੀ ਕਹਿੰਦੇ ਉਹ ਚੰਗੀ ਬਣੀ ਹੋਈ ਹੈ, ਤੇ ਰਾਜਸਰ ਵਾਲੇ ਮੁੰਡੇ ਵੀ ਬਾਲਾਂ ਮੋੜੀ ਤੁਰੇ ਆਉਂਦੇ ਨੇ, ਬਾਕੀ ਰਾਜਸਰ ਤੇ ਗੁਜਰਾਂ, ਦਵਿੰਦਰ ਦਾ ਪਿੰਡ ਹੈ, ਚੈਨ ਵਰਗੇ ਬਖਤਿਆਰ ਵਰਗੇ ਬਹੁਤ ਸੋਹਣਾ ਖੇਡੇ ਹੈ, ਅੱਜ ਕੱਲ ਜੱਸੀ ਵਰਗੇ ਮੁੰਡਿਆਂ ਦਾ ਕਹਿੰਦੇ ਨਾਂ ਚੱਲਦਾ ਹੈ, ਬੜਾ ਵਧੀਆ ਮੁਕਾਬਲਾ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ, ਸਿਆਣੇ ਵਾਲੀਆਂ ਜਿਹੜੇ ਵੀ ਮੇਲੇ ਦੇ ਖੇਡਦੇ ਮੁੰਡੇ ਜਿੱਤਣ ਭਾਵੇਂ ਹਾਰਨਾ, ਪਰ ਦੂਜੀ ਟੀਮ ਨੂੰ ਦੱਸ ਕੇ ਜਾਂਦੇ ਵੀ ਆਪਣਾ ਵੀਰ ਜੀ ਮੈਚ ਲੱਗਿਆ ਸੀਗਾ, ਵਾਕੇ ਗੁਜਰਾ ਕਿੱਥੇ ਜੇ ਪੈਂਦਾ, ਆਓ ਸਾਹਮਣੇ ਕਹਿੰਦੇ ਮੌੜਾਂ ਦੇ ਲਾਗੇ ਗੁਜਰਾ ਪਿੰਡ ਹੈ, ਬਦਲਾ ਲੈਣੀ ਜਿਉਣਿਆ ਜੇ ਮਾਂ ਦਾ ਜਾਇਆ, ਵੀ ਕਾਲੇ ਤਾੜੀਓਂ ਮੌੜ ਨੂੰ ਖੱਟ ਕਿਸਨੇ ਪਾਇਆ, ਆਹ ਗੱਲਾਂ ਹੁੰਦੀਆਂ ਨੇ ਚਰਚੇ ਵੱਡੇ ਮੇਰੇ ਮਿੱਤਰੋ, ਮੈਚ ਇੱਧਰ ਵੀ ਚੋਟੀ ਦਾ ਮੈਚ ਉੱਧਰ ਵੀ ਚੋਟੀ ਦਾ, ਕਿ ਧਰਮਾਂ ਦੇ ਮੋਹਰੀਆਂ ਨੂੰ ਪੁੱਤਾਂ ਦੀਆਂ ਲੋਰੀਆਂ ਨੂੰ ਗੋਲਕਾਂ ਦੇ ਚੋਰੀਆਂ ਨੂੰ ਇੱਜਤਾਂ ਦੇ ਮੋਰੀਆਂ ਨੂੰ ਕੁੱਖਾਂ ਵਾਲੇ ਕਤਲਾਂ ਨੂੰ ਜ਼ਹਿਰਵਾਨ ਫਸਲਾਂ ਨੂੰ ਹਵਾਨ ਹੋਈਆਂ ਨਸਲਾਂ ਨੂੰ, ਕਿ ਕਾਤਲ ਦਰਿੰਦਿਆਂ ਦੀ ਖੂਨੀਏ ਪਰਿੰਦਿਆਂ ਦੀ ਜਲਮ ਵਸਿੰਦਿਆਂ ਦੀ ਕਰਦੇ ਕਪੱਤ ਬਾਬਾ, ਆ ਜੋੜੇ ਹੱਥ ਬਾਬਾ ਪਾਵੇ ਕੋਈ ਨੱਥ ਬਾਬਾ, ਭੜਕੇ ਹੋਏ ਪੁੱਤ ਸਭ ਗਰੀਬੜੀ ਦੇ ਸੁੱਖ ਦਾ ਸੁੱਖ ਸਭ, ਕੱਟੇ ਜਾਲੇ ਰੁੱਖ ਸਭ, ਝੁੱਗੀਆਂ ਦੀ ਭੁੱਖ ਸਭ, ਲਵਾਰਸਾਂ ਦੇ ਮਾਪੇ ਸਾਂਭੀ, ਬੁੱਢੇ ਤੇ ਬੁਢਾਪੇ ਸਾਂਭੀ, ਮੋਟਾਂ ਦੇ ਸਿਆਪੇ ਸਾਂਭੀ, ਮਜ਼ਲੂਮਾਂ ਦੇ ਟੱਪੇ ਸਾਂਭੀ, ਖਾਲੀ ਪਈਆਂ ਧੀਆਂ ਵੱਲ ਲੜ ਰਹੇ ਜੀਆਂ ਵੱਲ ਭੱਜ ਰਹੀਆਂ ਧੀਆਂ ਵੱਲ ਭੇਜ ਸਮਰਥ ਬਾਬਾ, ਆ ਦੋੜੇ ਹੱਥ ਬਾਬਾ ਪਾਵੇ ਕੋਈ ਨੱਥ ਬਾਬਾ, ਆ ਦੋੜੇ ਹੱਥ ਬਾਬਾ ਪਾਵੇ ਕੋਈ ਨੱਥ ਬਾਬਾ, ਲਿਖਦਾ ਭਰਾ ਸਾਡਾ ਬੜੀਆਂ ਸੋਹਣੀਆਂ ਬੜੀਆਂ ਗੱਲਾਂ ਕਹਿੰਦੇ ਨੰਬਰਦਾਰ ਨੇ ਕਰਤੀਆਂ, ਸਮਝਣ ਵਾਲੀ ਸਮਝਦੀ ਹੈ, ਬੜੀਆਂ ਡੂੰਘੀਆਂ ਗੱਲਾਂ ਮੁੰਡੇ ਨੇ ਕਰਤੀਆਂ,
ਤਿੰਨ ਦਾ ਮੈਚ ਲਾ ਦੀਏ ਜਲਦੀ ਦੇ ਨਾਲ ਲਈ ਸਿੰਨੀ ਟੁੱਲੀ ਵਾਲੀ ਆ ਕਾਹਦੀਆਂ ਦੇ ਰਹੀਆਂ ਹੁਣ ਨਾਲ ਹੀ ਗੁਰਲਾਲ ਜੈਮ ਸਾਹੀ ਉਹ ਵੀ ਮੇਰੇ ਨਾਲ ਸੰਪਰਕ ਕਰੇ ਮੇਰਾ ਵੀਰ ਬਣ ਕੇ ਗੁਰਲਾਲ ਜੈਮ ਸਿੰਘ ਗੁਰਲਾਲ ਜੈਮ ਸਿੰਘ ਕੁਲਜਿੰਦਰ ਸਿੱਧੂ ਸਾਡਾ ਵੀਰ ਕਹਿ ਰਿਹਾ ਵੀ ਜੇ ਗੁਜਰਾਂ ਦੀ ਟੀਮ ਜੇਤੂ ਰਵੇ ਤੇ 1100 ਰੁਪਏ ਦਿੱਤਾ ਜਾਵੇਗਾ ਇੱਕ ਮਿੰਟ ਦੇ ਮੇਰਾ ਵੀਰ ਹਾਂਜੀ ਸੋਰੀ ਮਾਫੀ ਚਾਹੁੰਦਾ ਲੈ ਗੁੱਟੇ ਬਾਈ ਬਾਈ ਜੀ ਮੈਂ ਬਹੁਤ ਟਾਈਮ ਹੋ ਗਿਆ ਜਦੋਂ ਤਿੰਨ ਦੇ ਮੈਚ ਆਉਂਦਾ ਫਿਰ ਆਕਾ ਮਾਰਨੀਆਂ ਪੈਂਦੀਆਂ ਬਾਈ ਹਾਂਜੀ ਹਾਂਜੀ ਸ਼ੈਲੀ ਵੀਰੇ ਨਾਮ ਬੁਲਾਉਂਗਾ ਮਾੜਾ ਜਿਹਾ ਦੱਸੋ ਤਾਂ ਸਹੀ ਵੀਰੇ ਯੋਗਨ ਬਾਈ ਟਿਕਾਣੇ ਜਿੱਤ ਆਉਣਗੇ ਪਤਾ ਲੱਗ ਜੂ ਕਿੰਨਾ ਕੁ ਡੂੰਘਾ ਪਾਣੀ ਖੁੰਡੀਆਂ ਦੇ ਕੁੰਡੀਆਂ ਦੇ ਸਿੰਘ ਫਸਣੇ ਕੋਈ ਨਿਤਰੂ ਬੜੇਵੇ ਖਾਣੀ ਪਾਣੀ ਵਾਲਾ ਵੀਰ ਸਾਡਾ ਇੱਕ ਰੱਬਰ ਗਰਾਊਂਡ ਚ ਪਾਣੀ ਪਾਉਂਦਾ ਕਰਦੇ ਲੱਗਿਆ ਨੀ ਆ ਬਾਬਾ ਜਾਂ ਨੱਥੂ ਵਾਲੀ ਪ੍ਰਧਾਨ ਗਏ ਗੱਡਾ ਧੰਨਵਾਦ ਹੈ ਨੱਥੂ ਵਾਲੀ ਪ੍ਰਧਾਨ ਦਾ ਬੇਨਤੀ ਹੈ ਮੇਰੀ ਨੱਥੂ ਵਾਲੀ ਆ ਪਿਆਦੀ ਪਾਣੀ ਮੋਟਰਸਾਈਕਲ ਕਹਿੰਦੇ ਸਿੱਧਾ ਝਨੇਰਾ ਤੋਂ ਬਈਏ ਆ ਜਾਂਦਾ ਹੈ ਨੱਥੂ ਵਾਲੀ ਆ ਪ੍ਰਧਾਨ ਆਇਆ ਹੋਇਆ ਹੈ ਮੈਂ ਸ਼ੁਰੂ ਕਰਾ ਦੀ ਇੱਕ ਮਿੰਟ ਦੇ ਦੋ ਗੱਲਾਂ ਡੂਢ ਸੌ ਪਿੰਡ ਬਦਲਦਾ ਬਾਈ ਯਾਰ ਕੋਈ ਗੱਲ ਨੀ ਗੁਰਸਲ ਹੁਣ ਮੇਰਾ ਵੀਰ ਉੱਥੇ ਸੀਟੀਆਂ ਮਾਰਦੇ ਆ ਸ਼ੈਲੀ ਭਰਾ ਮੁਕਾਬਲਾ ਚੋਟੀ ਦਾ ਖੇਡਿਆ ਜਾ ਰਿਹਾ ਵੇਲਾ ਬੱਦ
ਵੱਡੇ ਪੱਧਰ ਦੇ ਉੱਤੇ ਖੇਡਿਆ ਜਾ ਰਿਹਾ। ਅੱਜ ਆਲੋਆ ਦੀ ਧਰਤੀ ਹੈ, ਜਿਹੜਾ ਵੀਰਾਂ ਨੇ ਲੰਗਰ ਦਾ ਪ੍ਰਬੰਧ ਕੀਤਾ ਨਾ ਉਹਦੀ ਤਾਰੀਫ ਸੋਹਣਿਆ ਸ਼ਬਦਾਂ ਵਿੱਚ ਬਿਆਨ ਨਹੀਂ ਹੁੰਦੀ। ਬਹੁਤ ਵੱਡਾ ਧੰਨਵਾਦ ਹੈ। ਲਓ ਖੇਡ ਗਰਾਊਂਡ ਦੇ ਅੰਦਰ ਆਓ, ਟੌਪ ਦਾ ਮੈਚ ਮੇਰੇ ਮਿੱਤਰੋ ਖੇਡਿਆ ਜਾ ਰਿਹਾ। ਵੀ ਮੂਰਖਾਂ ਦਾ ਕੰਮ ਗੱਲ ਕਿਸੇ ਦੀ ਨਾ ਮੰਨਣਾ, ਸਿਆਣੇ ਬੰਦੇ ਪਹਿਲਾਂ ਗੱਲ ਸੋਚਦੇ ਵਿਚਾਰਦੇ, ਮੂਰਖਾਂ ਦਾ ਕੰਮ ਗੱਲ ਗੱਲ ਉੱਤੇ ਹੱਸਣਾ। ਮਰਦ ਗੁਲਾਮ ਕਦੇ ਬਣਦੇ ਨਾ ਨਾਰਦੇ, ਹੱਥੀ ਲਾਈ ਅੱਗ ਪੁੱਜਦੀ ਨਾ ਸੁੱਖੀ ਲੋਕੋ, ਬਣ ਕੇ ਭਾਂਬੜ ਪੈਂਦੀ ਮੱਚ ਰੁੱਪ ਵਾਲਿਆ, ਮਿਹਨਤ ਦਾ ਖੁੱਜੀ ਰਹਿੰਦੀ ਬੋਲਦੀ ਗਰਾਊਂਡਾਂ ਵਿੱਚ। ਕਦੇ ਨਾ ਲੁਕਾਇਆ ਲੋਕੋ, ਸੱਚ ਲੋਕੋ ਵਾਲਿਆ, ਬਾਕੀ ਸੱਚ ਦੇ ਕੱਚ ਚੌਂਦੇ ਜ਼ਰੂਰ ਹੈ। ਸੱਚ ਦੇ ਕੱਚ ਕਹਿੰਦੇ ਚੌਂਦੇ ਜ਼ਰੂਰ ਹੈ। ਸੱਚ ਬੋਲਣ ਦੇ ਲਈ ਵੀ ਜਿਗਰਾ ਚਾਹੀਦਾ ਹੈ, ਜਿਗਰੇ ਵਾਲਾ ਬੰਦਾ ਹੀ ਸੱਚ ਬੋਲ ਸਕਦਾ ਹੈ। ਸੱਚ ਬੋਲਣਾ ਦੀ ਗੱਲ ਅੱਜ ਦੇ ਜਵਾਨੀ ਚ ਬਹੁਤ ਵੱਡੀ ਹੈ, ਬਹੁਤ ਤਕੜਾ ਮੈਚ। ਕਈ ਦੁਨੀਆਂ ਤੇ ਭੋਲੇ ਬਣ ਕੇ ਲੁੱਟ ਲੈਂਦੇ, ਕਿਵੇਂ ਮਿਕਸੀ ਤੀਰ ਚਲਾਉਂਦੇ ਪਾ ਕੇ ਦੀਵੀ, ਉਹ ਕਹਿਣੇ ਵਾਲੀਆਂ ਤਿੰਨ ਚੀਜ਼ਾਂ ਕਿਸੇ ਕਿਸੇ ਬੰਦੇ ਨੂੰ ਰਾਸ ਆਉਂਦੀਆਂ, ਲਵ ਮੈਰਿਜ, ਠੱਗੀ ਦਾ ਪੈਸਾ ਤੇ ਫੁੱਲ ਦੀ ਤੀਵੀ। ਉਹ ਤਿੰਨ ਚੀਜ਼ਾਂ ਕਹਿੰਦੇ ਕਿਸੇ ਕਿਸੇ ਬੰਦੇ ਨੂੰ ਰਾਸ ਆਉਂਦੀਆਂ, ਪਰ ਹੁਣ ਜਿੱਤ ਕਿਹਨੂੰ ਰਾਸ ਆਉਂਦੀ ਹੈ? ਦੋਨੋ ਟੀਮਾਂ ਜਿੱਤ ਦੇ ਲਈ ਜੂਝ ਰਹੀਆਂ। ਉਹ ਤੇ ਕਹਿੰਦੇ ਸਮਾਂ ਹੀ ਦੱਸੂਗਾ, ਆਸਾਂ ਉਮੀਦਾਂ ਲੱਗਦੀਆਂ ਜ਼ਰੂਰ ਹੈ, ਪਰ ਆਸਾਂ ਸੋਹਣੇ ਵੀਰ ਕਿਸੇ ਕਿਸੇ ਦੀਆਂ ਪੂਰੀਆਂ ਹੁੰਦੀਆਂ, ਜਿਵੇਂ ਲਿਖਿਆ ਗਿਆ ਵੀ ਆਸਾਂ ਕਦੇ ਬੰਦੇ ਦੀਆਂ ਹੁੰਦੀਆਂ ਨੀ ਪੂਰੀਆਂ, ਤੇ ਪਿਲਕਰਾ ਬਥੇਰਾ ਰਹਿੰਦੀਆਂ ਅਧੂਰੀਆਂ। ਟਾਂਗੇ ਵਾਲਾ ਆਖੇ ਮੇਰੇ ਕੋਲ ਕਾਰ ਹੋਵੇ, ਤੇ ਕਾਰ ਵਾਲਾ ਆਖੇ ਮੇਰੀ ਹਵਾ ਚ ਉਡਾਰ ਹੋਵੇ, ਤੇ ਵੇਖ ਕੇ ਜਹਾਜ ਵੱਲ ਵੱਟਦਾ ਏ ਘੂਰੀਆਂ, ਤੇ ਆਸਾਂ ਕਦੇ ਬੰਦੇ ਦੀਆਂ ਹੁੰਦੀਆਂ ਨੀ ਪੂਰੀਆਂ, ਆਸਾਂ ਕਦੇ ਬੰਦੇ ਦੀਆਂ ਹੁੰਦੀਆਂ ਨੀ ਪੂਰੀਆਂ। ਬੰਦਾ ਮਨ ਚ ਵਧੀਆ ਰਿਸ਼ੀ ਪਾਰੇ ਕਿਸੇ ਕਿਸੇ ਦੀਆਂ ਜੋ ਮਿਹਨਤ ਕਰਦੇ ਹੈ ਉਹਨਾਂ ਦੀ ਆਸਾਂ ਕਦੇ ਰੱਖੇ। ਖੇਡ ਰਹੀ ਹੈ ਨਾਲ ਰਾਜਾਂ ਵਾਲੀ ਪਿੰਡ ਦਾ,
ਭਾਵੇਂ ਖੇਡ ਰਿਹਾ ਚੜ੍ਹਦੀ ਰੇਸ ਦਾ ਕਹਿੰਦੇ ਕਾਂਗੜਾ ਖਿਡਾਰੀ ਹੈ ਇੱਕੀ ਤਰੀਕ ਦਾ ਚੜ੍ਹਦੀ ਰੇਸ ਗੱਭਰੂ ਤੇ ਮਾਰ ਮਾਰ ਬਾਲਾਂ ਲੈਂਦਾ ਪਹਿਲਾਂ ਲੁੱਟ ਗੱਭਰੂ ਹਾਓ ਬੱਲਾਂ ਹੁੰਦੀਆਂ ਨੇ ਲਾਵੀ ਇੱਧਰ ਦਾਦੂ ਇੱਧਰ ਕਹਿ ਨੀ ਇੱਧਰ ਬਾਈ ਦਾਦੂ ਵਾਲਾ 29 ਤਰੀਕ ਨੂੰ ਜਿਲ੍ਹੇ ਸਰਸੇ ਦੇ ਵਿੱਚ ਹਰਿਆਣੇ ਦੇ ਵਿੱਚ ਦਾਦੂ ਦੇ ਵਿੱਚ 29 ਤਰੀਕ ਨੂੰ ਰੌਣਕਾਂ ਲੱਗਣਗੀਆਂ 29 ਤਰੀਕ ਹੋਣੀਆਂ ਦਾਦੂ ਦੇ ਟੂਰਨਾਮੈਂਟ ਦੀ ਆਹ ਕਹਿੰਦੇ ਇੰਦਰ ਭਰਾ ਸਾਡਾ ਲਾਈਵ ਜਿਹੜਾ ਬੈਠਾ ਹੈ ਤੇ ਕੱਲ ਆਹ ਗੱਲਾਂ ਕਹਿੰਦੇ ਹੋਣਗੀਆਂ ਰੱਬੋ ਦੇ ਵਿੱਚ 28 ਤਰੀਕ ਪੰਮੀ ਦੇ ਟੂਰਨਾਮੈਂਟ ਦੀ ਆ 29 ਤਰੀਕ ਦਾਦੂ ਦੇ ਟੂਰਨਾਮੈਂਟ ਦੀ ਹੈ 30 ਤਰੀਕ ਗੋਸਲਾਂ ਦੇ ਟੂਰਨਾਮੈਂਟ ਦੀ ਆ ਤੇ 2 ਤਰੀਕ ਕਹਿੰਦੇ ਬਮਾਲ ਦੇ ਟੂਰਨਾਮੈਂਟ ਦੀ ਆ ਤੇ 4 ਨੂੰ ਸ਼ਾਹਪੁਰ ਵਾਲੇ ਭਰਾ ਸੱਦੇ ਲਾਉਂਦੇ ਆ 6 ਨੂੰ ਢਿਡੋਗਾ ਦੇ ਵਿੱਚ ਕਹਿੰਦੇ ਰੌਣਕਾਂ ਲੱਗਣਗੀਆਂ ਮੇਰੇ ਮਿੱਤਰੋ ਆਹ ਕਹਿੰਦੇ ਫਿਰ 12 ਤਰੀਕ ਮੇਰੇ ਮਿੱਤਰੋ ਭੱਜੀ ਤੁਰੀ ਆਉਂਦੀ ਔਰ ਰੌਣਕਾਂ ਕਹਿੰਦੇ ਹੋਣਗੀਆਂ ਖੇਡ ਮੇਲਾ ਕਹਿੰਦੇ ਵੱਡਾ ਕਰਾਉਣਾ ਵੀਰ ਕਹਿੰਦਾ ਪਟੂਹੇ ਵਾਲਾ ਮਰੀਜ਼ 13 ਤਰੀਕ ਕਹਿੰਦੇ ਜਸਪਾਲ ਬੰਗਰ ਜ਼ਿਲ੍ਹੇ ਲੁਧਿਆਣੇ ਦੇ ਵਿੱਚ ਰੌਣਕਾਂ ਹੋਣਗੀਆਂ ਜਸਪਾਲ ਬੰਗਰ ਦੀ ਹੈ ਵਧੀਆ ਬਦਲੀ ਦਾ ਹਮਕਾਨੀ ਮੈਚ ਦੇ ਕਹਿੰਦੇ ਬੜੇ ਟੌਪ ਦੇ ਮੇਰੇ ਮਿੱਤਰੋ 12 ਤਰੀਕ ਜਿਹੜੀ ਉਹ ਪਟੂਹੇ ਦੇ ਖੇਡ 13 ਜਿਹੜੀਆਂ ਜਸਪਾਲ ਬਾਗਰ 14 ਨੂੰ ਰੌਣਕਾਂ ਮੇਰੇ ਮਿੱਤਰੋ ਉਹ ਜਿਹੜੀਆਂ ਲੱਗਣਗੀਆਂ ਗਿੱਦੜ ਵਹੇ ਦੀ ਧਰਤੀ ਤੇ ਇਹ 15 ਤਰੀਕ ਤੱਕ ਕਹਿੰਦੇ ਪਿੰਡ ਪਿੰਡ ਹੁੜਕਾਂ ਲੱਗਣਗੀਆਂ ਉਹ ਗੱਲਾਂ ਹੋਣਗੀਆਂ ਮੇਰੇ ਮਿੱਤਰੋ ਚਰਚੇ ਹੋਣਗੇ ਮੈਚ ਬੜਾ ਚੋਟੀ ਦਾ ਖੇਡ ਗਰਾਊਂਡ ਦੇ ਅੰਦਰ ਵੀ ਸ਼ਾਮ ਲਾਟ ਵਿੱਚ ਆਪਾਂ ਵੀ ਘਰ ਕੋਠੀ ਵਰਗਾ ਪਾਵਾਂਗੇ ਲੈ ਲਾ ਤੂੰ ਸਰਪੰਚੀ ਨੂੰ ਪਿੰਡ ਦੇ ਰਹਿੰਦੇ ਕੰਮ ਕਰਵਾਵਾਂਗੇ ਫਿਰ ਚੰਡੀਗੜ੍ਹ ਕੋਠੀ ਪਾਵਾਂਗੇ ਗੱਲਾਂ ਕਹਿੰਦੇ ਹੋਣਗੀਆਂ ਲਵੀ ਜੋ ਦਾ ਭਰਾ ਸਾਡਾ ਉਹਨਾਂ ਵੀ ਹੋਏ 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 ਵੱਖਰੇ ਨਜ਼ਾਰੇ ਨੀ ਅਲ ਵਾਲ ਪੈਣ ਵਾਲੀਆਂ ਦੇਖ ਲਈ ਤੂੰ ਚੜ ਕੇ ਚਵਾਰੇ ਅਲ ਵਾਲ ਪੈਣ ਵਾਲੀਆਂ ਪੰਮੇ ਯਾਰ ਕੀ ਸਕੋਰ ਆ ਲਿਖਿਆ ਬਹੁਤ ਸੋਹਣੀ ਕਲਮ ਹੈ ਵੀਰ ਦੀ ਵਾਹਿਗੁਰੂ ਦਾਸ ਹੋਰ ਵੀ ਦਾਸ ਸੱਤ ਦਾਸ ਸੱਤ ਆ ਵੀਰੇ ਬਹੁਤ ਵੱਡਾ ਮੈਂ ਧਰਵਾ ਇੱਕੀਆਂ ਦਾ ਪੜਾ ਇੱਕੀਆਂ ਦਾ ਓਏ ਉਹ ਕਹਿੰਦਾ ਵੀ ਜਿਹੜੀ ਟੀਮ ਜਿੱਤ ਗਈ ਆਪਾਂ ਉਹਨੂੰ 500 ਦੇ ਵੱਡਾ ਮਾਣ ਕਰਾਂਗੇ ਤੇ ਨਾਲ ਹੀ ਸਾਡੇ ਬੜੇ ਸਤਿਕਾਰ ਦੇ ਯੋਗ ਆ ਸਾਡੇ ਭਾਰਦਵਾਜ ਮਿਊਜ਼ਿਕ ਵਰਲਡ VMW ਆ ਦੋਵੇਂ ਟੀਮਾਂ ਦੇ ਲਈ ਪਾਈ ਦੀ 500 ਦੇ ਵੱਡੇ ਮਾਣ ਕਰ ਦਿਆਂਗੇ ਗੱਲਾਂ ਹੋਣਗੀਆਂ ਮੇਰੇ ਮਿੱਤਰੋ ਬਹੁਤ ਵੱਡਾ ਧੰਨਵਾਦ ਕਰਦਾ ਤੇ ਨਾਲ ਹੀ ਸਾਡੇ ਬੜੇ ਸਤਿਕਾਰ ਦੇ ਯੋਗ ਹੈ ਸਰਦਾਰ ਤਰਜਿੰਦਰ ਸਿੰਘ ਜੀ ਗੁਰਨਾ ਸਾਹਿਬ ਉਹ ਵੀ ਕਹਿੰਦੇ ਮੇਰੇ ਮਿੱਤਰੋ ਕਿਸਾਨ ਭਾਰਤੀ ਕਿਸਾਨ ਯੂਨੀਅਨ ਟਕਾਉਂਦਾ ਨੇ ਉਹ ਕਹਿੰਦੇ ਖਜ਼ਾਨਚੀ ਨੇ ਪੰਜਾਬ ਦੇ ਬਹੁਤ ਵੱਡਾ ਧੰਨਵਾਦ ਹੈ ਉਹ ਗੱਲਾਂ ਹੁੰਦੀਆਂ ਨੇ ਵੀ ਮਾਣ ਵਾਲੀ ਗੱਲ ਸੀ ਚੰਮੇ ਆ ਪੰਜਾਬ ਵਿੱਚ ਸੋਨੇ ਦੀ ਚਿੜੀ ਦਾ ਨਾਮ ਮਿਲਿਆ ਖੱਤਾ ਵਿੱਚ ਮਾਲਕ ਜ਼ਮੀਨਾਂ ਦੇ ਤੇ ਪੁੱਤ ਸਰਦਾਰਾਂ ਦੇ ਸਾਡੇ ਸਿਰੋਂ ਚੱਲਦੇ ਨੇ ਘਰ ਸ਼ਾਹੂਕਾਰਾਂ ਦੇ ਖੁੱਲੇ ਰੱਖੀ ਦੇ ਦਿਲਾਂ ਦੇ ਦਰਵਾਜ਼ੇ ਸਾਡੀ ਕੌਣ ਕਰ ਲੂ ਸਾਨੂੰ ਰੱਬ ਨੇ ਬਣਾਇਆ ਮਹਾਰਾਜ ਵੀ ਸਾਡੇ
ਧਰਤੀ ਦੀ ਸਕੋਣ ਕਰ ਲੋ, ਰਾਜਾ ਮਹਾਰਾਜਾ ਦੀ ਚੁਣ ਭੂਮੀ ਹੈ ਮਿੱਤਰਾ। ਅੱਜ ਜ਼ਿਲ੍ਹੇ ਪਟਿਆਲੇ ਦੇ ਵਿੱਚ ਰੌਣਕ ਦੇ ਵਿੱਚ ਵੀ ਮੈਚ ਤੇ ਬੜਾ ਟਾਪ ਦਾ ਖੇਡਿਆ ਜਾ ਰਿਹਾ ਹੈ। ਇੱਧਰ ਕਹਿੰਦੇ ਸੱਜਣ ਦਾ ਸਤੀਰ ਵਾਲੀ ਪੇਂਡਾ ਮੇਰੇ ਮਿੱਤਰੋ ਰਸ਼ੀਦ ਟੈਂਕ ਪੁੱਜਿਆ ਹੋਇਆ ਬਈ ਵਾਲੀਆਂ ਲੱਡੀ। ਹਾਂ ਇੱਧਰ ਸਾਸ ਨੂੰ ਖੇਡਾ ਕਰਤਾ ਸੀ ਇਹਨਾਂ ਨੇ ਮੇਰਾ ਵੀਰ ਦੇਖ ਕੇ ਮਹਾਰਾਜ ਖੇਡ ਕੇ ਆਉਣ ਦੇ ਅੰਦਰ ਬੜੇ ਪਿਆਰੇ ਵੀਰ ਆ। ਜ਼ਿੰਦਗੀ ਦੇ ਮੈਚ ਬੜਾ ਚੋਟੀ ਦਾ ਵੀ ਇਹ ਦੁਨੀਆ ਮੰਡੀ ਪੈਸੇ ਦੀ ਹਰ ਚੀਜ਼ ਵਿਕਦੀ ਭਾ ਸਜਣਾ ਤਲਵੰਡੀ ਵਾਲੇ ਦਿਲਸ਼ਾਦ ਤੇ ਰਾਲਾ ਦੀ ਇਕੱਠਿਆਂ ਨੂੰ ਦੇਖ ਵੇਲੋ ਖਾਂਦੇ ਬੜੇ ਖਾਰ ਆ ਨਵਾਬ ਤੇ ਦਿਲਸ਼ਾਦ ਵਿੱਚ ਸਕੇ ਭਾਈਆਂ ਨਾਲ ਵੱਧ ਪਿਆਰ ਆ। ਆਹ ਗੱਲਾਂ ਹੁੰਦੀਆਂ ਮੇਰੇ ਮਿੱਤਰੋ ਕਰਦਾ ਹੁੰਦੀ ਆ ਬਾਈ ਇੱਕ ਨੰਬਰ ਗਰਾਊਂਡ ਚ ਕਿਹਦਾ ਮੈਚ ਆ ਜੀ ਹੁਣ ਦੀਵਾਨ ਖੇੜਾ ਤੇ ਨੰਦਗੜ੍ਹ ਜੀ ਆਓ ਜੀ ਦੀਵਾਨ ਖੇੜਾ ਤੇ ਨੰਦਗੜ੍ਹੀ ਮੁੰਡੇ ਆ ਜਾਣ ਗਰਾਊਂਡ ਨੰਬਰ ਇੱਕ ਦੇ ਲਾਗੇ ਮੇਰੀ ਬੇਨਤੀ ਆ ਗਰਾਊਂਡ ਦੇ ਵਿੱਚ ਹੀ ਆ ਜਾਣ ਔਰ ਉਹਨਾਂ ਦਾ ਮੈਚ ਜਿਹੜਾ ਖੇਡਿਆ ਜਾਣਾ ਲਓ ਇੱਧਰ ਮੈਚ ਮੇਰੇ ਮਿੱਤਰ ਚੋਟੀ ਰਾਜ ਕਹਿੰਦੇ ਚੈਣੇ ਵਾਲੀ ਸੁਖਦੀਪ ਹੈ। ਆਹ ਸਿੱਖੇ ਦੇ ਖੇਡ ਮੇਲੇ ਦੇ ਵੀ ਮੁੰਡੇ ਜਿਹੜੇ ਬੈਸਟ ਰਹੇ ਮੇਰੇ ਮਿੱਤਰ ਚਰਚਾ ਹੋਈ ਭਰਾਵਾਂ ਦੀ ਉੱਪਰੀ ਦੇ ਵਿੱਚ ਵੀ ਮੁੰਡਿਆਂ ਨੇ ਧਰਤਰ ਕਰਵਾਈ ਔਰ ਅਟਕਿਆਂ ਦੇ ਪੁੱਜੇ ਹੋਏ ਆਲੋਵਾਲ ਦੀ ਧਰਤੀ ਜ਼ਿਲ੍ਹਾ ਪਟਿਆਲਾ ਗੱਭਰੂਆਂ ਦਾ ਪੈ ਜਾਂਦਾ। ਆਹ ਗਾਣਿਆਂ ਦੇ ਵਿੱਚ ਕਹਿੰਦੇ ਜ਼ਿਕਰ ਹੁੰਦਾ ਮੇਰੇ ਮਿੱਤਰੋ ਔਰ ਸੰਤਾਂ ਦੀ ਧਰਤੀ ਹੈ ਪਰ ਸਾਹਮਣੇ ਦੇਖ ਸੋ ਆ ਆਹ ਮੁੰਡੇ ਧਰਤਰ ਕਰਵਾਈ ਆਉਂਦੇ ਮਨਜੀਤ ਵਰਗੇ ਬਾਈ ਮਿੱਠੂ ਖੇਡਦਾ। ਆਹ ਬੱਲੇ ਬੱਲੇ ਹੋਈ ਪਈ ਹੈ ਮਹਿਕਦਾ ਕਹਿੰਦੇ ਮੱਲ ਸਿੰਘ ਵਾਲਾ ਪਿੰਡ ਹੈ ਨਾਲ ਹਰਵਿੰਦਰ ਨਾਲ ਟੁੱਲੀ ਵਾਲੀ ਹੈ ਮੇਰੇ ਮਿੱਤਰੋ ਸੁਣੀ ਮੁੰਡਾ ਕਹਿੰਦੇ ਵੱਡੇ ਵੱਡੇ ਮੇਲਿਆਂ ਦਾ ਆਹ ਪੈਸਟਾ ਨਾ ਜਾਣਾ ਚਰਚੇ ਹੁੰਦੇ ਆ ਆਹ ਖੇਡ ਗਰਾਊਂਡ ਦੇ ਅੰਦਰ ਵੀ ਪੈਰਾਂ ਦੇ ਵਿੱਚ ਬਹਿ ਕੇ ਗੁਰ ਨੂੰ ਲੈਣਾ ਪੈਂਦਾ ਹੈ ਕਿੰਨੇ ਉੱਚੇ ਹੋ ਜਾਓ ਨੀਵੇ ਰਹਿਣਾ ਪੈਂਦਾ ਹੈ ਮਿਹਨਤ ਕਰਨੀ ਪੈਂਦੀ ਸਾਰੇ ਛੱਡ ਸਵਾਦਾਂ ਨੂੰ ਆਹ ਚੇਲੇ ਕਦੇ ਨੀ ਦਿੰਦੇ ਸ਼ੇਰਾ ਮੱਤ ਉਸਤਾਦਾਂ ਨੂੰ ਵੀ ਚੇਲੇ ਕਦੇ ਨੀ ਦਿੰਦੇ ਸ਼ੇਰਾ ਮੱਤ ਉਸਤਾਦਾਂ ਨੂੰ ਜਿਹੜੀ ਟੀਮ ਜਿੱਤਗੀ ਬਾਈ ਸਾਡਾ ਰਣਜੋਤ ਗੁਰਨਾ ਉਹ ਭਰਾ ਵੱਲੋਂ 500 ਰੁਪਇਆ ਮੇਰੇ ਕੋਲੇ ਪੁੱਜਦਾ ਹੋ ਗਿਆ ਤੇ ਨਾਲ ਹੀ ਸਾਡੇ ਭਾਰਵਾ ਸਾਹਿਬ ਮਿਊਜ਼ਿਕ ਵਰਲਡ BMW ਉਹਨਾਂ ਵੱਲੋਂ ਦੋਵੇਂ ਟੀਮਾਂ ਲਈ 500 ਆਇਆ ਮੇਰੇ ਕੋਲੇ ਤੇ ਦੋਵੇਂ ਟੀਮਾਂ ਦੇ ਖਿਡਾਰੀ ਮੇਰਾ ਵੀਰ ਜਿਹੜੇ ਬਾਹਰ ਬੈਠੇ ਆ ਰਾਮ ਬਾਈ ਜੀ ਮੇਰੀ ਬੇਨਤੀ ਹੈ ਇੱਕ ਨੰਬਰ ਗਰਾਊਂਡ ਦੀਆਂ ਟੀਮਾਂ ਦੀਵਾਨ ਖੇੜਾ ਤੇ ਨੰਦਗੜ੍ਹ ਆਓ ਮੇਰਾ ਵੀਰ ਯਾਰ ਮੇਰੀ ਬੇਨਤੀ ਹੈ ਦੋਨੋਂ ਟੀਮਾਂ ਦੇ ਖਿਡਾਰੀਆਂ ਨੂੰ ਲੈ ਵੀ ਨਾਲ ਹੀ ਆਲੋ ਜੀ 500 ਰੁਪਇਆ ਚੈਨੇ ਵਾਲ ਦੀ ਟੀਮ ਦਾ ਆਪਾਂ ਪਹੁੰਚਦਾ ਕਰਤਾ ਤੇ ਨਾਲ ਹੀ ਰਾਮਕੋਟ ਵਾਲਾ ਮੁੰਡਾ ਇੱਕ ਬਾਹਰ ਬੈਠਾ ਮੇਰਾ ਵੀਰ ਸੋਹਣੇ ਵੀਰ ਪੈਸੇ ਲੈ ਜਾ ਕੇ ਮੇਰੇ ਕੋਲ 500 ਰੁਪਇਆ ਦੋਨੋਂ ਟੀਮਾਂ ਦੇ ਲਈ ਜਿਹੜਾ ਪਹੁੰਚਦਾ ਹੋ ਗਿਆ ਨੰਬਰਦਾਰ ਜੀ ਦੱਸ ਦੋ ਨੰਬਰ ਲੈ ਵੀ ਕਿੰਨੇ ਕਿੰਨੇ ਹੋ ਗਏ ਬਿੱਲਾਂ ਦੇ ਕਾਰੂ ਬੈਠੇ ਸੱਤ ਤੇ ਇੱਧਰ 10 11 ਬਾਈ ਜੀ ਹੁਣ ਤਿੰਨ ਚਾਰ ਵਾਰੀ ਬੋਲਿਆ ਯਾਰ ਵੀ ਇੱਕ ਨੰਬਰ ਗਰਾਊਂਡ ਦੀਆਂ ਟੀਮਾਂ ਆ ਜਾਣ ਤਲਵੰਡੀ ਵਾਲਿਆਂ ਤੈਨੂੰ ਵੀ ਪਤਾ ਹੀ ਹੈ ਸੁਣਿਆ ਵੀ ਇਹ ਚੀਜ਼ ਤੇ ਆਪਾਂ ਵੀ ਬੜੇ ਪਾਪ ਆਉਂਦਾ ਆਓ ਵੀਰੇ ਯਾਰ ਮੇਰੀ ਗੁਜ਼ਾਰਿਸ਼ ਟੀਮਾਂ ਨੂੰ ਚਲਾਓ ਜੀ ਮੈਚ ਚਲਾਓ ਕਿਰਪਾ ਕਰਕੇ ਚਲਾ ਦਈਏ ਮੈਚ ਇੱਕ ਮਿੰਟ ਦਿਓ ਜੀ ਇੱਕ ਮਿੰਟ ਕਿਹੜੀ ਲਾਈਟ ਉਹ ਲਾਈਟ ਬੰਦ ਕਰਾ ਦੋ ਨਾ ਫਿਰ
ਕਿਹਦੀ ਡਿਊਟੀ ਹੈ ਲਾਈਟਾਂ ਤੇ? ਲਾਈਟਾਂ ਮੇਰੇ ਖਿਆਲ ਪਹਿਲਾਂ ਦੀ ਜਗੀ ਜਾਂਦੀ ਹੈ, ਨਹੀਂ ਬਾਅਦ ਚ ਜਗੀ ਹੈ, ਬਾਅਦ ਚ ਜਗੀ ਹੈ, ਬਾਅਦ ਚ ਪਹਿਲਾਂ ਵੀ ਜਗਦੀ ਹੈ, ਬਸ ਕੋਈ ਨੀ ਸੁਣੇ ਖੇਡੋ ਫਿਰ ਪਹਿਲਾਂ ਇਹਨਾਂ ਮੇਰੀ ਵੀ ਜਗਦੀ ਸੀ, ਖੇਡੋ ਕੋਈ ਗੱਲ ਨੀ ਹੁਣ ਪਹਿਲੀ ਜਗਦੀ ਹੈ, ਜੇ ਹੁਣ ਜਗੀ ਹੈ ਫਿਰ ਬੰਦ ਕਰ ਦਿੰਦੇ ਆਪਾਂ, ਕਰਾ ਦਈਏ ਬੰਦ, ਚੌਂਟੀ ਕਹਿੰਦਾ ਬੰਦ ਕਰਾ ਦੋ ਜੀ ਕੋਈ ਗੱਲ ਨੀ, ਵਾਹ ਜੀ ਉਹ ਸਾਰ ਜੀ ਬੰਦ ਹੋਣਗੀ ਤਾਂ ਸਟੇਜ ਵਾਲਾ ਇੱਕ ਹੀ ਕਨੈਕਸ਼ਨ ਨੰਬਰਦਾਰ ਜੀ, ਕੋਈ ਗੱਲ ਨੀ ਜੇ ਟੀਮਾ ਸਾਹਿਬ ਤਾਂ ਕਰਾ ਦੋ ਜੀ ਬੰਦ, ਕੋਈ ਗੱਲ ਨੀ ਆਪਾਂ ਨੂੰ ਕੋਈ ਕਰਾਏ ਜੀ, ਫਿਰ ਕਨੈਕਸ਼ਨ ਕੱਟ ਦੋ ਜੀ, ਧਾੜੀ ਮਾਰੋ ਫਿਰ ਜੋੜਦੇ ਨੇ ਇੱਥੇ ਰੱਖਣ, ਹਾਂ ਬਈ ਹੁਣ ਜਿਹੜੇ ਜਿਹੜੇ ਬੈਠੇ ਚੈਨਿਆਂ ਦੀ ਸਪੋਰਟ ਚੋਂ ਤਾੜੀ ਉਹ ਮਾਰ ਦੋ ਫਿਰ ਇੱਥੇ ਰੱਖ, ਕੜਕੇ ਤੜਕੇ ਦੋਵੇਂ ਪਾਸੇ ਪੂਰੇ ਆ, ਬਾਕੀ ਆਣ ਮੇਰੇ ਮਿੱਤਰੋ ਡੋਰੀ ਉੱਡਣਗੇ, ਟਿਕਾਣੇ ਲੱਗ ਗਿਆ ਇੱਥੇ ਰੱਖ, ਆ ਚੌਪਰ ਦੇ ਤਾਲ ਦੇ ਮਗਰੀ ਪਏ ਹੋਇਆ ਮਿੱਤਰਾਂ, ਮੈਚ ਬੜਾ ਟੌਪ ਦਾ ਖੇਡਿਆ ਜਾ ਰਿਹਾ, ਇੱਧਰ ਡੋਰੀ ਉੱਡਣਗੇ ਯਾਰ, ਲੋਕਾਂ ਨੂੰ ਆਕਾਸ਼ ਇੱਕ ਉਮੀਦ ਹੈ ਵੀ ਜਿਹੜੀ ਵੀ ਟੀਮ ਨੇ ਹੁਣ ਗਲਤੀ ਕਰਤੀ ਤੇ ਮਿੱਤਰਾਂ ਚਰਚੇ ਹੋ ਜਾਣਗੇ, ਹੋਰ ਚਰਚੇ ਹੋ ਜਾਣਗੇ, ਲੈ ਗੁਰਾਂ ਦਾ ਲਾਲ ਤਿੰਨ ਦੇ ਨੰਬਰ ਵੀ ਦੱਸ ਦੀ ਸੋਹਣਾ ਕਿੰਨੇ ਕਿੰਨੇ ਹੈ, ਇੱਧਰ ਤਾਂ ਹਲੇ ਸ਼ੁਰੂਆਤ ਹੀ ਹੋਈ ਹੈ, ਨੰਬਰ ਤੇ ਦੱਸ ਦੋ ਕਿੰਨੇ ਕਿੰਨੇ ਹੈ, ਦੱਸ ਦਿੰਦੇ ਜਿਸੇ ਮਿਲ ਗਏ ਜ਼ਰੂਰ ਮਿਲਾ ਵੀ, ਹਾਂ ਤਿੰਨ ਇੱਕ ਛੇ, ਇੱਕ ਨੰਬਰ ਆ ਜਿਹੜਾ ਉਹ ਠੁੱਲੀਆਂ ਦੀ ਟੀਮ ਦਾ, ਛੇ ਨੰਬਰ ਆ ਜਿਹੜੇ ਇੱਧਰ ਮੈਂ ਵੇਖਦਾ ਵੀ ਬਈਆ ਦੀ ਟੀਮ ਦੇ, ਹੋ 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 ਇਹ ਹੈ ਸੁਰੇਸ਼ ਰਾਮ ਕੋਟੀਆ, ਜਦੋਂ ਬਾਲ ਤੇ ਆ ਜਾਂਦਾ ਨਾ ਧੜਕਣਾ ਕਮੈਂਟੇਟ ਨੇ ਖਿੱਚ ਜਾਂਦੇ ਆ ਫਿਰ ਸਾਹ ਬਲਾਦਾ ਜਿਹੜਾ ਵੀਰੇ ਆਪਾਂ, ਚਿੜੀ ਚਿੜੀ ਕਹਿੰਦੀ ਆ ਦੁਨੀਆ, ਆਹ ਮੁੰਡੇ ਨੂੰ ਚਿੜੀ ਚਿੜੀ ਕਹਿੰਦੀ ਹੈ, ਘੁੱਗੀ ਘੂਣੀ ਅੱਲ ਵਾਲੀ ਉਹ ਚਿੜੀ ਚੋਣੀ, ਅੱਜ ਕਹਿੰਦੇ ਚਿੜੀ ਚੋਣੀ ਹੈ ਚਿੜੀ ਚਹਿਣੇ ਵਾਲੀ ਆ, ਹਲੇ ਤੇ ਯਾਰ ਮੈਦਾਨ ਦੇ ਵਿੱਚ, ਹਲੇ ਤੇ ਗੋਲ ਜਵਾਨ ਦੇ ਵਿੱਚ, ਹਲੇ ਤੇ ਤੀਰ ਕਮਾਨ ਦੇ ਵਿੱਚ, ਕੁਝ ਵੀ ਹੋ ਸਕਦਾ ਬਾਈ ਜੀ, ਜਿਹੜਾ ਗਰਾਊਂਡ ਦੋ ਤੇ ਤਿੰਨ ਦੇ ਵਿੱਚ ਪਹਿਲਾਂ ਵਿਹਲਾ ਹੋ ਗਿਆ ਉਹਦੇ ਵਿੱਚ ਨੰਦਗੜ੍ਹ ਤੇ ਵੀਰੇ ਉਹਦਾ ਦੀਵਾਨ ਖੇਡੇ ਦਾ ਮੈਚ ਖੇਡਿਆ ਜਾਵੇਗਾ, ਇਹ ਬੇਨਤੀ ਹੈ ਸਟੂਡੀਓ ਤੇਰਾ ਨਾਮ ਦੱਸੇ ਮੇਰਾ ਵੀਰ ਕੀ ਹੈ, ਸਾਰੇ ਮੈਂ ਨਾਮ ਬੋਲਿਆ ਜਾਗਵਿੰਦਰ ਸਟੂਡੀਓ ਇਸੇ ਨਗਰ ਤੋਂ ਵੀਰੇ, ਬਹੁਤ ਬਹੁਤ ਧੰਨਵਾਦ ਹੈ ਯਾਰਾ ਤੇਰਾ ਵੀ ਜਿਉਂਦਾ ਰਹਿ ਨਾ ਜਾਂਦਾ, ਆ ਹੁਣ ਫੋਟੋ ਖਿੱਚਦੀ ਮੇਰਾ ਬਾਈ ਬਣ ਕੇ, ਨਾਲ ਇੱਧਰ ਮੈਚ ਮੇਰੇ ਮਿੱਤਰ ਬੜੇ ਟੌਪ ਦੇ ਖੇਡੇ ਜਾ ਰਹੇ ਆ, ਸਾਊਂਡ ਵਾਲੇ ਵੀਰ ਦਾ ਵੀ ਤਹਿ ਦਿਲੋਂ ਧੰਨਵਾਦ ਆ, ਵੀਡੀਓ ਜੋ ਚੱਲਦਾ ਸੀ ਲੈ ਲਿਆ, ਸਟੈਂਡ ਯਾਰ ਨੇ ਨਾਲ ਤਿੰਨ ਚਾਰ ਖੁੱਲ ਤਿੰਨ ਫੈਂਡ ਯਾਰ ਨੇ ਮੁੱਲ ਪੂਰਾ ਮੋੜਿਆ ਸੀ ਮੰਗ ਤੇਰੀ ਦਾ, ਗਾਣਾ ਸਾਰੀ ਵਾਰ ਚੱਲੇ ਆ,
ਆਹ ਪਸੰਦ ਤੇਰੀ ਦਾ ਸਾਊਂਡ ਵਾਲੇ ਵੀਰ ਦਾ ਵੀ ਧੰਨਵਾਦ ਆ ਇਧਰ ਜਿਹੜੇ ਭਰਾਵਾਂ ਨੇ ਗਰਾਊਂਡ ਦੇ ਵਿੱਚ ਸੇਵਾ ਕੀਤੀ ਆ ਆਹ ਗਰਾਊਂਡ ਤਿਆਰ ਕੀਤੇ ਆ ਰੂਪੀ ਸਾਡਾ ਵੱਡਾ ਵੀਰ ਸਹਾਰਨ ਮਾਜਰੇ ਵਾਲਾ ਉਹ ਵੀਰ ਜੀ ਨੂੰ ਵੀ ਦੁਆਵਾਂ ਨੇ ਬੜੇ ਪਿਆਰੇ ਵੀਰ ਜ਼ਿੰਦਗੀ ਦੇ ਮੇਰੇ ਮਿੱਤਰੋ ਪਾਣੀ ਵਾਲੇ ਵੀਰਾਂ ਦਾ ਧੰਨਵਾਦ ਆ ਲਾਈਵ ਵਾਲੇ ਵੀਰਾਂ ਦਾ ਧੰਨਵਾਦ ਆ ਸਾਥੀ ਬੁਲਾਰਿਆਂ ਦਾ ਵੱਡਾ ਧੰਨਵਾਦ ਧੰਨਵਾਦ ਆ ਕੱਲੀ ਕੱਲੀ ਰੂਹ ਦਾ ਜਿਹੜੀ ਗਰਾਊਂਡ ਨਾਲ ਜੁੜੀ ਬੈਠੀ ਆ ਇੱਕ ਵੀਰ ਕਹਿੰਦਾ ਤੂੰ ਲੜਕਾਰੇ ਮਾਰੀ ਮਾਰੀ ਇਹਨਾਂ ਤੇਰਾ ਗਲਾ ਬੈਠ ਜਾਣਾ ਨਾਮ ਦੇ ਬਾਈ ਨੂੰ ਹੱਥ ਮਾਰ ਕੇ ਕਹਿੰਦਾ ਉਹ ਕਹਿੰਦਾ ਕੋਈ ਗੱਲ ਨੀ ਸੁਣੇ ਵੀਰ ਨੂਣ ਪਾ ਕੇ ਸਵੇਰੇ ਗਰਾਰੇ ਕਰ ਲਾਂਗੇ ਪਰ ਸਪੋਰਟ ਤੇ ਕਰਨੀ ਕਰ ਰਹੀ ਆ ਜਿਹੜੀ ਆਪਣੀ ਪਸੰਦ ਦੀ ਟੀਮ ਆਈ ਆ ਲਲਕਾਰੇ ਤੇ ਉਹੀ ਵੱਜਣਗੇ ਆਹ ਗੱਲ ਤੇ ਉਹੀ ਹੁੜੀਆਂ ਵੀ ਵੱਜਦੇ ਸੀ ਲਲਕਾਰੇ ਹੋ ਗਿਆ ਕੀ ਮਿੱਤਰਾ ਨਾਲ ਹੀ ਬੇਨਤੀ ਜੀ ਅਗਲੇ ਮੈਚ ਸਾਰੇ ਪ੍ਰਧਾਨ ਸਾਹਿਬ ਸਾਡੀ ਕਹਿ ਰਹੇ ਵੀ 17-17 ਨੰਬਰਾਂ ਦੇ ਹੋਣਗੇ ਜੀ ਟੀਮਾਂ ਨੋਟ ਕਰ ਲਓ ਅਗਲੇ ਜਿਹੜੇ ਸਾਰੇ ਮੈਚ ਹੈ ਕਿਉਂਕਿ 12:30 ਦਾ ਸਮਾਂ ਹੋ ਗਿਆ ਅਗਲੇ ਸਾਰੇ ਮੈਚ 17-17 ਨੰਬਰਾਂ ਦੇ ਹੋਣਗੇ ਜੀ ਜੋ ਗ੍ਰੰਥ ਕਹਿੰਦੇ ਕਹਿੰਦੇ ਆਪਾਂ ਬੋਲ ਦੇਣਾ ਚਲਾਓ ਜੀ ਮੈਚ ਬਹੁਤ ਬਹੁਤ ਧੰਨਵਾਦ ਇੱਕ ਮਿੰਟ ਜੀ ਲਓ ਇਧਰ 11-11 ਦੀ ਜਿਹੜੀ ਬਰਾਬਰੀ ਦਾ ਮੈਚ ਹੈ ਗਰਾਊਂਡ ਦੇ ਵਿੱਚ ਖੇਡਿਆ ਜਾ ਰਿਹਾ ਮੇਰੇ ਮਿੱਤਰੋ ਵੱਡੀ ਲੀਡ ਪੱਟ ਕੇ ਮੁੰਡਿਆਂ ਨੇ ਮੈਚ ਕਰਤਾ ਬਰਾਬਰੀ ਤੇ ਹਾਉ ਮੈਚ ਬਰਾਬਰੀ ਤੇ ਆ ਗਿਆ ਜਿਵੇਂ ਲਾਲ ਜੀ ਦਾ ਕਹਿੰਦਾ ਸੀ ਰਾਹ ਲੈ ਅੜਿਆ ਵੱਜ ਬਰਾਬਰ ਜੱਟਦਾ ਵੀ ਬਰਾਬਰ ਦਾ ਵੱਜ ਵੱਡਿਆ ਹੋਇਆ ਮੁੰਡਿਆਂ ਦਾ ਕਮਾਲ ਕਰ ਦਿੱਤੀ ਹੈ ਨੱਥੂ ਵਾਲੀ ਆ ਪ੍ਰਧਾਨ ਕਹਿੰਦੇ ਚਾਹੁੰਦਾ ਪਾਣੀ ਮੁੰਡਿਆਂ ਨੂੰ ਮੁੰਡੇ ਕਿਵੇਂ ਉੱਡੇ ਲਾ ਰਹੇ ਗੱਲ ਟਿਕਾਣੇ ਦੀ ਇੱਧਰੋਂ ਸੁਣ ਕੇ ਉੱਧਰ ਕਰਨੀ ਆਦਤ ਦੀ ਸ਼ੁਰਲੀਆਂ ਛੱਡਣ ਦੀ ਆਓ ਸਾਡੇ ਰੱਬ ਨੇ ਡਿਊਟੀ ਲਾਈ ਹੈ ਧੌਣਾ ਤੋਂ ਕਿੱਲੇ ਕੱਟਣ ਦੀ ਸਾਡੀ ਰੱਬ ਨੇ ਡਿਊਟੀ ਲਾਈ ਹੈ ਧੌਣਾ ਤੋਂ ਕਿੱਲੇ ਕੱਟਣ ਦੀ ਕਿੱਲਿਆਂ ਦੇ ਕਿੱਲਿਆਂ ਚ ਨਿਕਲ ਜਾਣੇ ਆ ਨੰਬਰਦਾਰਾ ਆਹ ਕਹਿੰਦੇ ਮਾਣ ਦੀ ਕਰੀ ਦਾ ਕਿਸੇ ਗੱਲ ਦਾ ਭਰਾਵਾ ਲੁਕੀ ਕੱਬਿਆਂ ਤੋਂ ਕੱਬੇ ਪਏ ਹੈ ਆਹ ਕਹਿੰਦੇ ਕੱਬੇ ਕੱਬੇ ਸਹਾਰੇ ਦੇ ਉੱਪਰ ਖੇਡਦੇ ਆ ਜੋਰ ਲਾਈ ਹੁੰਦੇ ਆ ਮੁੜਕੋ ਮੁੜਕੀ ਚੌਂਤੀ ਲੋਕੀ ਕਹਿੰਦੇ ਵੀ ਤੈਂ ਪਹਿਲਾਂ ਮੋਟਰਸਾਈਕਲ ਜਿੱਤਿਆ ਵਾਲੀਬਾਲ ਦੇ ਵਿੱਚ ਤੇ ਦੱਸਣਾ ਪੈਣਾ ਜਿੱਤਿਆ ਵੀ ਔਕਸੀ ਪਿੰਡ ਤੋਂ ਆ ਵੀ ਔਕਸੀ ਪਿੰਡ ਚ ਲਾਕਾ ਨਾ ਤੂੰ ਕੀ ਜਾਣੇ ਮਾਲ ਮਿੱਤਰਾ ਮੋਟਰਸਾਈਕਲ ਜਿੱਤਿਆ ਪਰ ਸੌਣ ਬਹੁਤ ਪਿਆਰਾ ਵੀਰ ਹੈ ਜ਼ਿੰਦਗੀ ਦਾ ਪ੍ਰਧਾਨ ਹੈ ਕਹਿੰਦੇ ਚੰਡੀਗੜ੍ਹ ਜਿਹੜੀ ਬਰਾਬਰ ਗੱਲਾਂ ਹੁੰਦੀਆਂ ਉਹ ਮੁੰਡੇ ਦੇ ਪਿੰਡੋਂ ਮੋਟਰਸਾਈਕਲ ਜਿੱਤਿਆ ਬਹੁਤ ਸੋਹਣਾ ਮੁਕਾਬਲਾ ਖੇਡਿਆ ਜਾ ਰਿਹਾ ਖੇਡ ਮੈਦਾਨ ਦੇ ਵਿੱਚ ਟੱਕਰ ਬਹੁਤ ਤਗੜੀ ਹੈ ਦੁਨੀਆ ਨਜ਼ਾਰੇ ਲੈ ਰਹੀ ਹੈ ਕੀ ਪੈਸੇ ਨੂੰ ਚੱਕਣਾ ਜੇ ਦਲੀਲ ਦੀ ਬੰਦੇ ਦੀ ਉਹ ਸਮਾਂ ਹੀ ਪਰਖ ਤਰਾਜੇ ਮਿੱਤਰੋ ਪਾੜੇ ਚੰਗੇ ਦੀ ਜਦ ਅਨਪੜ੍ਹ ਸੀ ਲੋਕੀ ਬੜੇ ਸਿਆਣੇ ਹੁੰਦੇ ਸੀ ਕੱਲਾ ਬੰਦਾ ਕਮਾਉਂਦਾ ਉਸਨੂੰ ਨਿਆਣੇ ਹੁੰਦੇ ਸੀ ਹਰ ਘਰ ਵਿੱਚ ਦੁੱਧ ਘਿਓ ਤੇ ਲੱਸੀਆਂ ਹੁੰਦੀਆਂ ਸੀ ਨੀਤਾ ਸੀ ਉਹਦੇ ਸਾਫ਼ ਜਵਾਨਾਂ ਪੱਕੀਆਂ ਹੁੰਦੀਆਂ ਸੀ ਸੱਦ ਭੋਲੂ ਦੀ ਲੈਣਾ ਇਹ ਦੁਨੀਆ ਮਾਰੀ ਹੈ ਘਰੇ ਮੂੰਹ ਤੋਂ ਬੇੜਾ ਮੱਖੀ ਬਾਹ ਗੱਲ ਕਰਦਾ ਪੱਕੇ ਦੀ ਉਹ ਜਿੱਥੇ ਤੀਵੀਂ ਆ ਪਰਮੋਟ ਉੱਥੇ ਨੀ ਚੱਲਦੀ ਬੰਦੇ ਦੀ ਜਿੱਥੇ ਤੀਵੀਂ ਆ ਪਰਮੋਟ ਉੱਥੇ ਨੀ ਚੱਲਦੀ ਬੰਦੇ ਦੀ ਅੱਜ ਕੱਲ ਤੇ ਰਿਮੋਟ ਹੀ ਹੋਰ ਬਣ ਗਏ ਹੈ ਉਹ ਬੰਦੇ ਵੀ ਚੈਨਲਾਂ ਨੂੰ ਬਦਲ ਜਾਂਦੇ ਹੈ ਹੁਣ ਮੋਦੀ ਨੇ ਕਿਹੜਾ ਦੱਸ ਕਿਧਰਾਂ ਸੀ ਜਿਹਨੇ ਕਦੀ ਸੀ ਰਾਤੋਂ ਰਾਤ ਹੀ ਕਰਤੀ ਸੀ ਗੱਲ ਤੇ ਹੁੰਦੀ ਲਵੇ ਕਰ ਰਹੇ ਬੰਦਿਆਂ ਨਹੀਂ ਤੇ ਅੱਜ ਕੱਲ੍ਹ ਰਿਪੋਰਟਾਂ ਦੀ ਜ਼ਿੰਦਗੀ ਚੱਲਦੀ ਬੂਟਾ ਕਹਿੰਦਾ ਆਹ ਪਰ ਗੱਲਾਂ ਹੁੰਦੀਆਂ ਨੇ ਪਰ ਇਹਦੇ ਪੰਜਾਬ ਵਾਲੇ ਆ ਕੱਲਾ ਬੇੜੀ ਧੌਣ ਚੋਂ ਵੀ ਕੱਢ ਕੇ ਮੁੜਿਆ ਗੱਲਾਂ ਕਹਿੰਦੇ ਹੁੰਦੀਆਂ ਨੇ ਮੋਦੀ ਨੂੰ ਵੀ ਦੱਸਤਾ ਵੀ ਪੰਜਾਬ ਤੇ ਪੰਜਾਬ ਹੀ ਆ ਲੈ ਵੀ ਜਿਹਨਾਂ ਨੂੰ ਮਾਣ ਹੈ ਬਾਈ ਵੀ ਆਪਣੇ ਪੰਜਾਬੀ ਉਹਦੇ ਤੇ ਮਾਣ ਹੈ ਪੰਜਾਬੀ ਦਾ ਬੋਲੀ ਤੇ ਇੱਕ ਵਾਰੀ ਯਾਰ ਤਾੜੀ ਤੇ ਮਾਰੋ ਫਿਰ ਜ਼ੋਰ ਦੇਣੇ ਮਾਣ ਹੈ
ਕੱਲੇ ਕੱਲੇ ਵੀਰ ਨੂੰ ਵੀ ਇਹ ਪੰਜਾਬ ਦੀ ਧਰਤੀ ਆ ਤੇ ਵੀਰ ਕਹਿੰਦੇ ਵੀ ਆਹ ਗੱਲਾਂ ਕਹਿੰਦੇ ਹੋਣਗੀਆਂ ਤੇ ਵਿਦੇਸ਼ਾਂ ਦੀਆਂ ਗੱਲਾਂ ਵੀ ਹੁੰਦੀਆਂ ਕਮਾਈਆਂ ਕਰਦੇ ਨੇ ਸਾਡੇ ਐਨ ਆਰ ਆਈ ਵੀਰ ਤੇ ਵੱਡੀਆਂ ਸਪੋਰਟਾਂ ਭੇਜਦੇ ਨੇ ਪੰਜਾਬ ਦੇ ਵੱਡੇ ਵੱਡੇ ਮੇਲਿਆਂ ਦੇ ਲਈ ਆਹ ਗੱਲਾਂ ਹੁੰਦੀਆਂ ਨੇ ਮੈਂ ਧੰਨਵਾਦ ਕਰਦਾ ਵੀ ਕਹਿੰਦੇ ਪੰਜਾਂ ਦਰਿਆਵਾਂ ਦੀ ਧਰਤੀ ਹੈ ਪੰਜਾਬ ਰਸੀਆਂ ਮੁਨੀਆਂ ਸਾਧਾ ਸਾਧਾ ਫਕਰ ਫਕੀਰਾਂ ਦੀ ਧਰਤੀ ਹੈ ਮੇਰੇ ਰੰਗਲੇ ਪੰਜਾਬ ਦੀ ਧਰਤੀ ਇੱਕ ਗੱਲ ਆ ਵੀ ਨੰਬਰਦਾਰਾ ਜਿੱਥੇ ਮਰਜ਼ੀ ਜਾਵੜਾ ਦੁਨੀਆਂ ਚ ਪੰਜਾਬ ਵਰਗੀ ਐ ਸਹਿਣੀ ਲੱਭਣੀ ਨੀ ਐਸ ਪੰਜਾਬ ਵਰਗੀ ਝੁੱਕ ਕੇ ਮੈਂ ਦੇਖ ਆਇਆ ਦੁਨੀਆਂ ਨੂੰ ਸਾਰੀ ਲੱਭਣੀ ਨੀ ਐਸ ਪੰਜਾਬ ਵਰਗੀ ਬਾਕੀ ਪੰਜਾਬ ਵਰਗੀ ਐਸ ਨੀ ਲੱਭਦੀ ਆਪਾਂ ਤੱਕ ਰਹੇ ਹੈ ਨੰਬਰ ਫੀਲ ਫੀਲ ਮੈਦਾਨ ਦੇ ਵਿੱਚ ਵਿਕਾਸ ਇਲਾਕੇ ਦੇ ਖਿਡਾਰੀ ਦਵਾਰ ਖੇੜੇ ਦੇ ਇਲਾਕੇ ਦੇ ਖਿਡਾਰੀ ਪਾਰਸ ਢਾਬਾ ਦੇ ਇਲਾਕੇ ਦੇ ਖਿਡਾਰੀ ਢਾਬਾ ਦੇ ਸੇਰੂ ਦੇ ਇਲਾਕੇ ਦੇ ਸੁਰੇਸ਼ ਵਰਗੇ ਖੇਡ ਰਹੇ ਹੈ ਬਹੁਤ ਲੰਬਾ ਸਮਾਂ ਦਵਾਰ ਖੇਡਦਾ ਰਿਹਾ ਤੇ ਢਾਕੇ ਦੀ ਖੇਡ ਜਦੋਂ ਅੱਜ ਵੀ ਉਸ ਇਲਾਕੇ ਜਾਈਦਾ ਬਣਿਆ ਯਾਦ ਕਰਦੇ ਵੀ ਇਹਦਾ ਢਾਕਾ ਖੇਡ ਗਿਆ ਨਾ ਦਵਾਰ ਖੇੜੇ ਦੇ ਲਈ ਉਹ ਗੱਲ ਹਲੇ ਬਣੀ ਨੀ ਕਿਹੋ ਢਾਕੇ ਦੀ ਜਦੋਂ ਦੋਸਤ ਵੱਖਰੀ ਰਹੀ ਹੈ ਬੱਬੂ ਪੱਟ ਧਰਦਿਆਂ ਦੇ ਨਾਲ ਬੱਲੇ ਬੱਲੇ ਕਰਾਈਏ ਖੇਡਦੇ ਹੈ ਢਾਕੇ ਦਾ ਨਾਮ ਬਹੁਤ ਵੱਡਾ ਹੈ ਅੱਜ ਕੱਲ੍ਹ ਇਹਨਾਂ ਖਿਡਾਰੀਆਂ ਦਾ ਸਮਾਂ ਹੈ ਉਹ ਗੱਲ ਤੇ ਸਵੇਰ ਸਵੇਰ ਦੀਆਂ ਉੱਤੇ ਪ੍ਰੈਸ ਵੀ ਹੈ ਮੈਨੂੰ ਲੱਗਦਾ ਵੀ ਚਿੱਪ ਕੱਟ ਕੇ ਆ ਗਿਆ ਕਹਿੰਦਾ ਵੀ ਹੁਣ ਗੱਲ ਟੱਕਾ ਨੀ ਲੱਗੂਗੀ ਹੁਣ ਮੈਂ ਚਾਹਾਂ ਜੋੜਦੇ ਹਾਂ ਬਾਕੀ ਕਹਿੰਦੇ ਚੜ੍ਹਦੇ ਆ ਵੱਡੇ ਆ ਭਰਾ ਸਾਡੇ ਵੀ ਸਮਾਂ ਬੜਾ ਬਲਵਾਨ ਸਮੇਂ ਦੀ ਕਦਰ ਕਰੋ ਤੁਰਦਾ ਰੁੱਤੇ ਗ੍ਰਿਫ਼ਤਾਰ ਸਮੇਂ ਦੀ ਨਬਜ਼ ਫੜੋ ਕਦੇ ਹਸਾਉਂਦਾ ਕਦੇ ਰਵਾਉਂਦਾ ਕਿ ਭੇਤ ਸਮੇਂ ਦਾ ਸਮਝ ਨਹੀਂ ਆਉਂਦਾ ਫਿਰ ਰਾਰੇ ਖੇਲੇ ਤੁਰਨਾ ਪੈਂਦਾ ਜਦੋਂ ਅੰਤ ਸਮਾਂ ਗਲਤੀ ਕਰ ਗਏ ਹੈ ਮੋਟੇ ਨੇ ਗਲਤੀ ਕਰ ਦਿੱਤੀ ਹੈ ਜੋਟੀ ਸਮਝਾਉਂਦਾ ਵਾਰੀ ਵਾਰੀ ਕਿ ਅੱਜ ਮੈਨੂੰ ਗੜਬੜ ਲੱਗਦੀ ਹੈ ਮਿਹਨਤ ਨਾਲ ਟੁੱਟਦੇ ਰਿਕਾਰਡ ਹੁੰਦੇ ਹੈ ਪਾਣੀ ਨਾਲ ਪਕੌੜਾ ਨਹੀਂ ਉਹ ਜਾਂਦਾ ਤਲਿਆ ਪੱਥਰਾਂ ਦਾ ਸੀਨਾ ਪਾੜ ਉੱਗ ਪੈਂਦੇ ਹੈ ਜਿਨ੍ਹਾਂ ਵਿੱਚ ਹੁੰਦਾ ਹੈ ਜਨੂਨ ਭਰਿਆ ਉਹ ਪੱਥਰਾਂ ਦਾ ਸੀਨਾ ਪਾੜ ਉੱਗ ਪੈਂਦੇ ਹੈ ਜਿਨ੍ਹਾਂ ਹੁੰਦਾ ਹੈ ਜਨੂਨ ਭਰਿਆ ਬਹੁਤ ਸੋਹਣਾ ਮੈਚ ਗੱਲ ਤੇ ਜਨੂਨ ਦੀ ਹੈ ਬਹੁਤ ਤਕੜਾ ਮੁਕਾਬਲਾ ਖੇਡਿਆ ਜਾ ਰਿਹਾ ਹੈ ਲੋਕ ਜਿਹੜੀ ਪਰਬ ਚੈਣੇ ਵਾਲੀ ਹੈ ਪਿਆਰ ਦੇ ਨਾਲ ਪਿਆਰ ਬੜਾ ਜ਼ਰੂਰੀ ਹੈ ਚੈਣੇ ਵਾਲੀ ਹੈ ਪਰਬ ਪਿਆਰ ਬੜਾ ਜ਼ਰੂਰੀ ਹੈ ਹਰਪ੍ਰੀਤ ਆ ਗਿਆ ਸੋਹਣੇ ਵੀ ਕੋਈ ਗੱਲ ਨਹੀਂ ਉੱਠਦੇ ਹਰਪ੍ਰੀਤ ਆਹ ਵੱਡੇ ਵੀਰ ਪਰਬ ਚੈਣੇ ਵਾਲੀ ਕੋਈ ਗੱਲ ਨਹੀਂ ਹੁਣ ਤੇ ਕਰੋ ਸਰਵਿਸ ਮੇਰਾ ਵੀ ਬਹੁਤ ਵੱਡਾ ਧੰਨਵਾਦ ਸਿਆਣੇ ਕਹਿੰਦੇ ਵੀ ਗੁੱਸਿਆਂ ਵਾਲੀ ਉੱਥੇ ਖੰਡ ਵੀ ਨਹੀਂ ਵਿਕਦੀ ਪਿਆਰ ਨਾਲ ਭਾਵੇਂ ਮਿਲਕੀਆਂ ਵੀ ਹਲੋ ਸਹੀ ਗੱਲ ਹੈ ਨਵੀਂ ਨੰਬਰਦਾਰ ਉਧਰੋਂ ਹਾਲ ਚਾਲ ਦੱਸਦੀ ਬਈਏ ਖਜੂਰਾਂ ਤੇ ਪਾਈਆਂ ਜਾਂਦੀਆਂ ਹੋ ਮਾਂ ਨੀ ਕਰੀਦਾ ਵੱਡੇ ਬੁੱਢੇ ਹੋਂਦਾ ਪੀਂਘਾਂ ਨੀ ਖਜੂਰਾਂ ਉੱਤੇ ਪਾਈਆਂ ਜਾਂਦੀਆਂ ਲਾ ਵੀ ਉੱਧਰ ਕਿੰਨੇ ਕਿੰਨੇ ਨੰਬਰ ਬਾਈ ਨੀ ਦੱਸਿਓ ਮੇਰਾ ਵੀਰ ਉਧਰੋਂ ਰਣਜੋਤ ਦਾ ਭਰਾ ਸਾਡਾ ਗੁਰਨਾ ਉਹ ਭਰਾ ਦੇ ਵੱਲੋਂ
ਜਿਹੜੀ ਟੀਮ ਜਿੱਤ ਗਈ ਤੇ ਪਰਸੋਂ ਦੇ ਵੱਡੇ ਮਾਣ ਹੋਣੇ ਆ। ਤੇ ਨਾਲ ਹੀ ਸਾਡੇ ਦਲਜਿੰਦਰ ਸਿੰਘ ਜੀ ਗੁਰਨਾ ਸਾਹਿਬ ਉਹਨਾਂ ਦਾ ਵੀ ਬਹੁਤ ਵੱਡਾ ਮੈਂ ਧੰਨਵਾਦ ਕਰਦਾ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਖਜ਼ਾਨ ਜੀ ਪੰਜਾਬ ਬਹੁਤ ਵੱਡਾ ਧੰਨਵਾਦ ਹੈ ਵਿਸ਼ੇਸ਼ ਤੌਰ ਤੇ। ਆਹ ਬੱਲੇ 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 ਮੁੰਡੇ ਦੇ ਉੱਤੇ ਫਿਰਦੇ ਆ, ਉੱਡਦੀ ਆ ਜਵਾਨੀ ਖੇਡਦੇ ਆ ਮੈਦਾਨਾਂ ਦੇ ਵਿੱਚ। ਆਹ ਗੱਲਾਂ ਹੁੰਦੀਆਂ ਨੇ ਚੋਬਰਾਂ ਦੀਆਂ, ਨਾ ਵੀ ਨੈਣਿਆਂ ਦੀਆਂ ਨਹੀਂ ਹੈ ਬਾਈ। ਇੱਕ ਗੱਲ ਹੋਰ ਵਧੀਆ ਲੱਗੀ ਅੱਜ ਮੈਂ ਗਰਾਊਂਡ ਦੇ ਵਿੱਚ, ਤੂੰ ਚਾਰੇ ਪਾਸੇ ਝਾੜ ਮਾਰ ਕੇ ਵੇਖ ਲੈ ਤੇ ਜਿੰਨੇ ਮੁੰਡੇ ਅੱਜ ਆਲੂ ਵਾਲੀਏ ਬੈਠੇ ਨੇ ਸਾਰਿਆਂ ਦੇ ਦਸਤਾਰਾਂ ਵੀ ਵਧੀਆ ਹੋਈਆਂ ਤੇ ਬੜੇ ਸਾਊ ਸੁਭਾਅ ਨੇ ਉੱਪਰ ਸਾਰੇ। ਸਹੀ ਗੱਲ ਹੈ। ਇੱਕ ਗੱਲ ਹੋਰ ਮੁੰਡੇ ਜਿਹੜੀ ਅਸਲ ਗੱਲ ਕਹਿਣ ਲੱਗਿਆ ਵੀ ਸ਼ਕਤੀ ਬਾਰਡਰ ਤੋਂ ਸਾਰੇ ਦੂਰ ਹੈ ਮੁੰਡੇ, ਬਹੁਤ ਸੋਹਣੇ ਲੱਗਦੇ ਆ ਕਿਉਂਕਿ ਰੇਤਾਂ ਦੇ ਹਰ ਇੱਕ ਪਿੰਡ ਦੇ ਵਿੱਚ ਵੀਰ ਮਿਲਣ ਤੇ ਗੱਲ ਥੋੜੀ ਵੱਡੀ ਬਣ ਜਾਂਦੀ, ਸਿਆਣੀ ਬਣ ਜਾਂਦੀ ਤੇ ਮੇਲਾ ਹੋਰ ਸਫਲ ਹੋ ਜਾਂਦਾ। ਗੱਡੀ ਪੈਂਚਰ ਕਰ ਦਾਂਗੇ ਜੋ ਵੀ ਕਰਦੇ ਉਸ ਨੂੰ ਸਾਨੂੰ ਇਹ ਸ਼ਰੀਰ ਕੀ ਦਿੰਦੇ ਆ ਤੁਹਾਨੂੰ ਕੀ ਨਹੀਂ ਮਿਲਦਾ ਕੀ ਮਿਲਦਾ ਕੀ ਨਹੀਂ ਮਿਲਦਾ ਦੱਸੋ ਉਹਨੂੰ ਪਿਆਰ ਕਾ ਇੰਨਾ ਪਿਆਰ ਦਿੰਦੇ ਆ ਹੋਰ ਵੀ ਕੁਛ ਹੋਰ ਵੀ ਟੈਨਸ਼ਨ ਨਾ ਲਓ। ਫੋਟੋ ਪ੍ਰਾਪਰਾਲ ਜੀ ਸਾਡਾ ਵੀਰ ਪਿੰਡ ਦੇ ਮੁੰਡੇ ਦੇਖ ਲੋ ਮੁੰਡੇ ਸੱਗ ਪਗਾਉਂਦੇ ਆ ਖੋਟੇ ਦੀ ਪਰਖ ਇਹਨਾਂ ਨੂੰ ਕਰਦੇ ਗਰਦਨ ਕਾਟੇ ਖੇਲੇ ਸੱਚੇ ਮਿੱਤਰ ਸੌ ਰੱਬ ਦੀ ਮਿਲਦੇ ਜਫੀਆਂ ਪਾਟੇ ਰਾਜੀ ਖੇਲੇ ਸੱਚੇ ਮਿੱਤਰ ਪ੍ਰਧਾਨ ਆਇਆ ਹੋਇਆ ਪ੍ਰਧਾਨ ਗੱਲਾਂ ਇਹਦੀਆਂ ਵੀ ਵੱਖਰੀਆਂ ਸੋਹਣਾ ਮੁਕਾਬਲਾ ਖੇਡਿਆ ਜਾ ਰਿਹਾ ਖੇਡ ਮੈਦਾਨ ਦੇ ਵਿੱਚ ਬਈ ਵਾਲੀ ਆ ਮਨਦੀਪ ਸਿੰਘ ਜੋਗੀ ਆਹ ਵੀ ਮੁੰਡੇ ਦੀ ਗੱਲ ਕਹਿੰਦੇ ਵਿਦੇਸ਼ਾਂ ਚ ਵੱਡੇ ਵੱਡੇ ਪ੍ਰਮੋਟਰ ਕਰਦੇ ਆ ਜਦੋਂ ਕੋਈ ਮਹਿਫਲ ਲੱਗਦੀ ਹੈ ਤੇ ਬਈ ਵਾਲੀ ਜੋਗੀ ਦੀ ਕਹਿੰਦੇ ਚਰਚਾ ਚੱਲਦੀ ਹੈ ਬਹੁਤ ਕਰਾਉਣੀ ਚਰਚਾ ਝੱਲਣਾ ਪਰਚਾ ਤੇ ਕਰਨਾ ਖਰਚਾ ਇਹ ਵੀ ਜਣੇ ਖੜੇ ਦੇ ਬਸ ਦੀ ਗੱਲ ਨੀ ਇਹ ਵੀ ਜਣੇ ਖੜੇ ਦੇ ਬਸ ਦੀ ਗੱਲ ਨੀ ਬਾਕੀ ਇਹ ਵੀ ਮੁੰਡਾ ਕਹਿੰਦੇ ਚਰਚਾ ਦੇ ਵਿੱਚ ਹੈ ਅੱਜ ਕੱਲ ਪੀਕ ਤੇ ਚੱਲਦਾ ਅੱਜ ਕੱਲ ਟੌਪ ਤੇ ਚੱਲਦਾ ਮੁੰਡੇ ਦਾ ਸਮਾਂ ਚੱਲਦਾ ਹੈ ਮੁੰਡੇ ਦਾ ਟਾਈਮ ਚੱਲਦਾ ਮੁੰਡੇ ਦੇ ਦਿਨ ਚੱਲਦੇ ਹੈ ਮੁੰਡੇ ਦਾ ਲੱਕ ਚੱਲਦਾ ਹੈ ਗੱਲ ਸਾਰੀ ਸਮੇਂ ਦੀ ਹੈ ਜਿੰਨੇ ਕੁ ਮੇਲੇ ਖੇਡਿਆ ਤੇ ਤਕਰੀਬਨ ਮੇਰੇ ਖਿਆਲ ਵੀ ਸਾਰੀ ਬਈਏ ਵਾਲੀਏ ਨੇ ਜਿੱਤ ਲਿਆ ਹੈ ਅੱਜ ਵੀ ਕਹਿੰਦੇ ਜਿੱਤ ਦੇ ਨੇੜੇ ਤੇੜੇ ਜਿੱਤਣ ਜਿੱਤਣ ਹਾਰ ਵੀ ਮਨ ਸਰੀਰਾ ਜਿੱਤਣ ਦਾ ਮੁੱਲ ਕੌਡੀ ਪੈਂਦਾ ਹਾਰ ਦਾ ਮੁੱਲ ਹੀਰਾ ਇਹ ਤੋਂ ਬਾਅਦ ਜਿਹੜਾ ਵੀ ਗਰਾਊਂਡ ਪਹਿਲਾਂ ਖਾਲੀ ਹੋ ਗਿਆ ਗੁਰਲਾਲ ਸਾਡਾ ਕਹਿੰਦਾ ਵੀ ਉਹ ਗਰਾਊਂਡ ਚ ਮੈਚ ਆਪਾਂ ਕਰਾਵਾਂਗੇ ਚਾਹੇ ਦੋ ਨੰਬਰ ਖਾਲੀ ਹੋ ਜੇ ਚਾਹੇ ਤਿੰਨ ਨੰਬਰ ਪਹਿਲਾਂ ਖਾਲੀ ਹੋ ਜੇ ਜਿਹੜਾ ਵੀ ਗਰਾਊਂਡ ਖਾਲੀ ਹੋ ਗਿਆ ਉਹ ਗਰਾਊਂਡ ਚ ਆਪਾਂ ਪਹਿਲਾਂ ਜਿਹੜਾ ਮੈਚ ਕਰਾਵਾਂਗੇ ਵੱਡਾ ਧੰਨਵਾਦ ਹੈ। ਇੱਕ ਪਾਸੇ ਕਹਿੰਦੇ ਨੰਦਗੜੀਏ ਮੁੰਡੇ ਧੱਤੂ ਵਰਗੇ ਦੂਜੇ ਪਾਸੇ ਦੀਵਾਨ ਖੇੜਾ ਮੈਚ ਇਹ ਵੀ ਫਾਈਨਲ ਵਰਗਾ ਖੇਡਿਆ ਤੇ ਟੀਮਾਂ ਫਿਰ ਆਪਾਂ ਉਹ ਗਰਾਊਂਡ ਦੇ ਨੇੜੇ ਕਰ ਲਾਂਗੇ ਫਰਕ ਜਿਹੜਾ ਬਹੁਤ ਵੱਡਾ ਪਿਆ ਹੋਇਆ ਹੈਗਾ ਲਓ ਸਾਹਮਣੇ ਮੁਕਾਬਲਾ ਬੜਾ ਟੌਪ ਦਾ ਖੇਡਿਆ ਜਾ ਰਿਹਾ ਮੇਰੇ ਮਿੱਤਰੋ ਵੱਡੇ ਕਹਿੰਦੇ 17 ਦੀ ਜਿਹੜੀ ਜੰਗ ਲੱਗੀ ਹੋਈ ਹੈ ਅੱਜ ਦੇ ਸਬੰਧੀ ਖੇਡ ਮੇਲੇ ਦੇ ਉੱਤੇ ਰਾਮ ਕੋਟੀਆ ਕਹਿੰਦੇ ਸ਼੍ਰੇਸ਼ ਮੇਰੇ ਮਿੱਤਰੋ ਆਹ ਅੱਜ ਤੇ ਫਿਰਦਾ ਪੂਰਾ ਹੈਲੋ ਨੈਣਿਆ ਸਾਹਿਬ ਨੈਣਿਆ ਸਾਹਿਬ ਲਵੀ ਨਾਲ ਹੀ ਵੱਡੇ ਮਾਣ ਵੀ ਆ ਇਹਨਾਂ ਬੋਲਾਂ ਦੇ ਲਈ ਮੈਂ ਬਹੁਤ ਵੱਡਾ ਧੰਨਵਾਦ ਕਰਦਾ ਤੇ ਨਾਲ ਹੀ ਦੋ ਸੈਮੀ ਤੇ ਜਦੋਂ ਫਾਈਨਲ ਹੋਣਾ ਜੀ ਉਹ ਤਿੰਨੇ ਮੈਚਾਂ ਦੇ ਲਈ
ਭਰਾ ਸਾਡੇ ਐਡਵੋਕੇਟ ਸਿਮਰਜੀਤ ਸਿੰਘ ਜੀ ਗੁਰਨਾ ਉਹਨਾਂ ਦੀ ਯਾਦ ਦੇ ਵਿੱਚ ਵੀਰ ਸਾਡੇ ਕਹਿੰਦੇ ਵੀ ਜਿਹੜੇ ਦੋ ਸੈਮੀ ਦੇ ਫਾਈਨਲ ਹੋਣਗੇ ਓਬਜੈਕਸ਼ਨ ਲੱਗ ਗਈ ਯਾਰ ਕਹਾਣੀ ਕਿਹੜੀ ਬਾਈ ਨੂੰ 500 ਰੁਪਏ ਬਾਈ ਕੋਮਲਵੀਰ ਭੰਗੂ ਹਰਸ਼ਦੀਪ ਕੌਰ ਯੂਐਸਏ ਸਾਹਿਲ ਪ੍ਰੀਤ ਗੁਰਨਾ ਕੈਨੇਡਾ ਇਹਨਾਂ ਭਰਾਵਾਂ ਵੱਲੋਂ ਜਿਹੜੇ ਦੋ ਸੈਮੀ ਦੇ ਫਾਈਨਲ ਹੋਊਗਾ ਜੀ ਜਿਹੜੀ ਟੀਮ ਜਿੱਤਿਆ ਕਰੂ ਉਹਦੇ ਲਈ 500 ਰੁਪਏ ਦੇ ਵੱਡੇ ਮਾਣ ਜਿਹੜੇ ਉਹ ਹੋਇਆ ਕਰਨਗੇ ਉਹ ਬਾਈ ਜੀ ਪੈਸੇ ਆਪਣੇ ਬਾਈ ਨੈਣੇ ਵਾਲੀ ਬੂਟੇ ਦੇ ਕੋਲੋਂ ਪ੍ਰਾਪਤ ਕਰ ਲਿਆ ਕਰੋ ਜੀ ਕਰਮਜੀਤ ਵੱਡੇ ਮਾਣ ਵਾਲੀ ਗੱਲ ਹੈ ਕਰਮਜੀਤ ਟੀਮਾਂ ਦੇ ਲਈ ਕਹਿੰਦੇ 500 ਆਉਣਾ ਜਿਹੜੇ ਬਾਅਦ ਮੈਚ ਖੇਡੇ ਜਾਣਗੇ ਵੱਡਾ ਧੰਨਵਾਦ ਸਰਕਾਰ ਤੇ ਮਾਂ ਜੋ ਵੀਰਾਂ ਦਾ 12-13 ਜਿਹੜੇ ਚੈਨੇ ਵਾਲੀ ਟੀਮ ਦੇ ਆ ਬੜਾ ਤਕੜਾ ਵੀ ਖੇਡਿਆ ਜਾ ਰਿਹਾ ਮੇਰੇ ਮਿੱਤਰੋ ਪ੍ਰਿੰਸ ਆਲੋਵਾਲ ਹਰ ਗਿਆ ਵੀਰੇ ਮਨੀਰ ਮਲਕ ਉਧਰ ਸਾਡੇ ਵਾਇਸ ਸਰਦਾਰਜੋ ਨੇ ਸਰਦਾਰ ਰਾਜਵਿੰਦਰ ਸਿੰਘ ਜੀ ਬਿੰਦੀ ਪ੍ਰਧਾਨ ਸਾਹਿਬ ਜਿਨ੍ਹਾਂ ਦੀ ਰਹਿਣ ਵਾਈ ਦੇ ਅੱਜ ਦਾ ਮੇਲਾ ਬੜੇ ਸਾਹਮਣੇ ਸਾਹਿਬ ਦੇ ਨਾਲ ਸਫਲਤਾ ਵੱਲ ਵੱਧ ਰਿਹਾ ਤੇ ਨਾਲ ਸਾਡੇ ਡਾਕਟਰ ਰਾਮ ਸਿੰਘ ਜੀ ਆਲੋਵਾਲ ਬਹੁਤ ਸਾਰਾ ਪਿਆਰ ਬਹੁਤ ਸਾਰਾ ਮਾਣ ਇਹਨਾਂ ਪੰਜਾਬੀ ਬੋਲਾਂ ਲਈ ਦੇ ਗਏ ਹੈ ਦੁਨੀਆਂ ਕੋਲੋਂ ਪੈਸਾ ਬਹੁਤ ਜ਼ਿਆਦਾ ਕਰ ਦਾਨ ਕਰਨ ਲਈ ਸਿਆਣੇ ਕਹਿੰਦੇ ਦਿਲ ਚਾਹੀਦਾ ਪੈਸਾ ਤਾਂ ਬਨੇਰੇ ਦਾ ਕਦੇ ਇਸ ਬਨੇਰੇ ਤੇ ਕਦੇ ਉਸ ਬਨੇਰੇ ਤੇ ਕਦੇ ਆਸ ਕੁ ਮੇਰੇ ਤੇ ਕਦੇ ਆਸ ਕੁ ਤੇਰੇ ਤੇ ਪੈਸਾ ਆਉਂਦਾ ਜਾਂਦਾ ਰਹਿੰਦਾ ਪਰ ਦਾਨੀ ਸੱਜਣ ਦੁਨੀਆਂ ਲੰਬਾ ਸਮਾਂ ਯਾਦ ਰੱਖਦੀ ਹੈ ਬਹੁਤ ਵੱਡਾ ਧੰਨਵਾਦ ਕਰਾਂਗੇ ਸਰਦਾਰ ਰਾਜਵਿੰਦਰ ਸਿੰਘ ਜੀ ਬਿੰਦੀ ਬਾਈ ਸਾਡਾ ਪ੍ਰਧਾਨ ਸਾਡੇ ਡਾਕਟਰ ਰਾਮ ਸਿੰਘ ਜੀ ਆਲੋਵਾਲ ਸਾਰੇ ਸਤਿਕਾਰ ਜੀ ਉਤਰਾ ਵੱਡੇ ਮਾਣ ਵੱਡੇ ਪਿਆਰ ਦੇ ਗਏ ਹੈ ਇਹਨਾਂ ਬੋਲਾਂ ਦੇ ਲਈ ਬਹੁਤ ਸੋਹਣਾ ਮੁਕਾਬਲਾ ਖੇਡ ਮੈਦਾਨ ਦੇ ਵਿੱਚ ਨੰਬਰ ਦੇ ਦੱਸੋ ਬਾਈ ਕਿੰਨੇ ਕਿੰਨੇ ਹੋ ਗਏ ਜੀ 12-13 ਰਾਮਕੋਟੀ ਮੁੰਡਿਆਂ ਦੇ ਆ 13 ਨੰਬਰ ਚੈਨੇ ਵਾਲ ਦੀ ਟੀਮ ਰਾਮਕੋਟੀਆ ਤਕੜਾ ਪਟਾਕਾ ਮਾਰੀ ਇਹਨੇ ਅਰਥ ਮਿਲਣੇ ਹਾਏ ਭਜੇ ਕਹਿੰਦੇ ਭਜੇ ਆਈ ਜਾਂਦੇ ਆ ਇਹਨੂੰ ਕਹਿੰਦੇ ਫੜਫੜੀ ਫੁੱਲ ਕੱਟੇ ਤੇ ਝੁੱਲ ਤੇ ਦੀਵਾ ਗੁੱਲ ਇਹ ਦੀਵੇ ਗੱਲ ਕਰਦਾ ਨਹੀਂ ਕਿਹਨੂੰ ਕਿਹਨੂੰ ਫੇਰ ਸੋਹਣੀ ਲੱਗਦੀ ਹੈ ਸੱਜੇ ਦੇ ਨਾਲ ਤਾੜੀ ਮਾਰੇ ਰਾਮ ਬੋਲੀਏ ਬੰਦੇ ਦੇ ਨਾਂ ਤੇ ਅੱਜ ਕੱਲ੍ਹ ਦੇ ਕਈ ਮੇਲਿਆਂ ਦੇ ਬਾਅਦ ਸ਼ਰੇਸ਼ ਦੀ ਗੱਡੀ ਲਈ ਤੇ ਚੜ ਗਈ ਹੋਣ ਗਈਆਂ ਤੇ ਕਈਆਂ ਦੀ ਗੱਡੀ ਆ ਗਿਆ ਫੇਰ ਆ ਗਿਆ ਰਾਮਕੋਟੀਆ ਫਿਰਦਾ ਰਾਮਕੋਟੀਆ ਚ ਤਗੜਾ ਖੇਡੀ ਜਾਂਦਾ ਰਾਮਕੋਟੀਆ ਰੰਗ ਪਿਆਰਾਂ ਦਾ ਦਿੱਲੀ ਵਰਗੇ ਦੇਖ ਮੇਲੀਆ ਮੇਲਾ ਯਾਰਾਂ ਦਾ ਮੁੰਡੇ ਲੱਗਦਾ ਜੀ ਸਾਰੇ ਸੰਘੋੜ ਜਾਂਦੇ ਆ ਇਹਦੇ ਡੌਕੀ ਵੀ ਜਾਂਦੀ ਬਾਈ ਨੇ ਇਹਨੂੰ ਡੌਕੀ ਕਹਿੰਦੇ ਆ ਹਾਂ ਲਾ ਵੀ ਜਦੋਂ ਹਿਸਾਬ ਬਣਾਈ ਜੀ 14-13 ਹੋ ਗਿਆ ਨਾ
ਜਿੱਤ ਕੇ ਜਸ਼ਨ ਮਨਾਈਏ ਨਾ ਤੇ ਹਾਰੋ ਡਰੀਏ, ਉੱਚਾ ਬੋਲ ਨਾ ਬੋਲੀਏ ਕਰਤਾਰੋ ਡਰੀਏ, ਉੱਚਾ ਬੋਲ ਨਾ ਬੋਲੀਏ ਕਰਤਾਰੋ ਡਰੀਏ। ਅੱਜ ਮੁੰਡਿਆਂ ਨੇ ਕਹਿੰਦੇ ਟਿਕਾਣੇ ਲਾ ਦਿੱਤੀ ਆ, ਆਹ ਗੱਲਾਂ ਹੁੰਦੀਆਂ ਨੇ ਸਕੂਲ ਦੀ ਗੱਲ ਬੁੱਢੇ ਤਾਂ ਹੁੰਦੀ ਆ ਇਲਾਕੇ ਦੇ ਵਿੱਚ ਜਦੋਂ ਜਿਹੜੇ ਮੁੰਡੇ ਮੁੱਛਾਂ ਮਸਾਂ ਸਾਂਭਦੇ ਤੇ ਉਹ ਜ਼ਿਆਦਾਤਰ ਸੰਘੋਲ ਜਾਂਦੇ ਇਲਾਕੇ ਦੇ ਵਿੱਚੋਂ, ਗੱਲਾਂ ਹੁੰਦੀਆਂ ਨੇ ਖੰਨੇ ਦੇ ਇਲਾਕੇ ਦੀਆਂ। ਆਓ ਸਾਹਮਣੇ ਮੇਰੇ ਮਿੱਤਰੋ, ਕਮਾਲ ਹੋਈ ਪਈ ਆ, ਦੁਨੀਆ ਤਿਆਰ ਹੋਈ ਪਈ ਆ, ਆਓ ਤਿਆਰੇ ਵੱਜ ਗਏ ਤੇ ਆਲੇ ਵਾਲੇ ਵਿੱਚ ਤੇ ਥਾੜ 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 ਹੋਈ ਪਈ ਆ, ਅਮਲਵਾਲ ਦੇ ਵਿੱਚ ਤੇ ਥਾੜ ਥਾੜ ਹੋਈ ਪਈ ਆ, ਆਓ ਗੱਲਾਂ ਨੇ ਹੁਣ ਹੋਣੀਆਂ ਨੇ, ਆਓ ਵੱਜ ਕੇ ਮੋੜ ਤੋਂ ਪੰਦਰਾਂ ਤੇਰਾਂ ਵੀਰੇ ਦੇਖਣ ਨੂੰ ਮਿਲਦੇ ਆ ਇਸ ਇਲਾਕੇ ਤੋਂ ਮੁੰਡੇ ਆਏ ਆ, ਸਭ ਤੋਂ ਵੱਧ ਵਾਕ ਇਸ ਇਲਾਕੇ ਦੇਖਣ ਨੂੰ ਮਿਲਦੇ ਆ। ਵਾਕਾਂ ਦਾ ਇਲਾਕਾ ਹੈ, ਦੁਨੀਆਂ ਦੇ ਵੱਡੇ ਖਿਡਾਰੀਆਂ ਦਾ ਇਲਾਕਾ ਹੈ, ਐਵੇਂ ਚੜਿਆ ਹੋ ਫਿੱਟ ਹੋ ਜਾ ਉੱਥੋਂ ਦਾ ਜਵਾਨਾ। ਉਧਰ ਬਾਈ ਸਾਡਾ ਕਰਨ ਗਿੱਲਾ ਰੱਬੋ ਵਾਲਾ ਰੱਬੋ ਦਾ ਸਨਮਾਨ ਜਿਹੜਾ ਕੀਤਾ ਜਾਣਾ ਵੀਰ ਭਰਾ ਸਾਡੇ ਵੱਲੋਂ ਜਦੋਂ ਸੇਖੇ ਟੂਰਨਾਮੈਂਟ ਹੋਇਆ ਹਰਮਨ ਦੇ ਮੈਚ ਜਿੱਤਣ ਤੇ 3100 ਲਾਇਆ ਤੇ ਮੰਗ ਲਈ ਹਰਮਨ ਨੂੰ ਨਗਦੋ ਨਗਦ ਨਹੀਂ ਕੀਤੀ ਸੀ ਦਿੱਤਾ। 16-13 ਲੱਗੇ ਨਾ ਮਸਾਂ ਸਾਰ ਰੋਕੇ ਤੋਂ ਬਿਨਾ ਨਿਸ਼ਾਨੇ ਲੱਗ ਰਹੇ ਹੈ। ਆਓ ਜੇਵਲ ਸਿੰਘ ਵਾਲੀਆ ਨੰਬਰ ਦੱਸਦੀ ਕਿੰਨੇ ਕਿੰਨੇ ਆ, ਦੋ ਨੰਬਰ ਦੇ ਗੁਰਲਾਲ ਸਿੰਘ ਦੱਸਦੇ ਨੰਬਰ ਭੋਜੋ ਵਾਲੀ ਦਿੱਲੀ ਨੂੰ ਬੁੱਕ ਕੇ ਲਈ ਕਿੰਨੇ ਹੋ ਗਏ ਨੰਬਰਦਾਰਾ। 16-13 ਗੁਜਰਾ ਭਰਾ ਸਾਡਾ ਦਿੱਲੀ ਪੁਲਿਸ ਦੇ ਵਿੱਚ ਹੈ, ਉਹ ਵੀਰ ਵੱਲੋਂ ਦੋਨੋਂ ਪਾਣੀ ਵਾਲੇ ਵੀਰਾਂ ਦੇ ਲਈ ਇੱਕ ਇੱਕ 100 ਦੇ ਵੱਡੇ ਮਾਣ ਆਏ ਆ, ਵੱਡਾ ਧੰਨਵਾਦ ਆ। ਦਿੱਲੀ ਨੰਬਰ ਲਾਸਟ ਆ ਗਿਆ ਜਰਾ ਨਹੀਂ ਆ ਤੇ ਆ ਜਾਣਾ ਤੂੰ ਬਣਦਾ ਦੇਖੀ ਕੀ ਆ, ਲਓ ਸਾਹਮਣੇ ਤਕੜਾ ਮੈਚ ਆ ਮੇਰੇ ਮਿੱਤਰੋ। ਲੈ ਵੀ ਆਏ ਨਾ ਕਹਿ ਗਰਲਾਲ ਪ੍ਰਿੰਸ ਖੜਾ, ਕੋਈ ਮਾੜੀ ਮੋਟੀ ਗੱਲ ਨਹੀਂ। ਕਿੰਨੇ ਕਿੰਨੇ ਨੰਬਰ ਹੈ ਗਰਲਾਲ ਦੱਸੀ ਇੱਕ ਵਾਰੀ। ਇੱਧਰ ਬਾਈ ਹਰਪ੍ਰੀਤ ਭੰਗੂ ਭਰਾ ਸਾਡਾ ਕਹਿੰਦਾ ਵੀ ਬਈਆ ਦੇ ਚੋਟੀ ਜਿੰਨੇ ਸਿੰਗਲਾਂ ਨੇ ਸਮੈਸਾ ਮਾਰਦਾ ਹਰ ਇੱਕ ਸਮੈਂ ਦਾ ਇੱਕ 100 ਦਿੱਤਾ ਜਾਵੇਗਾ। 16-13 ਜੀ 16-13 ਹੋਰ ਨੱਥੂ ਵਾਲੀ ਆ ਕਨੇਰਾ ਤੋਂ ਬਈਏ ਆਰ ਬਈਏ ਆਰ ਤੋਂ ਕਿੰਨੇ ਨੱਥੂ ਵਾਲਾ ਆਉਂਦਾ ਹੈ।
ਲੇ ਹੋਰੀ ਊ ਹੈਗੇ ਨੇ ਪਰ ਊ ਫੜ ਕੇ ਦਿਨੇਸ਼ ਰੋੜੀ ਕਹਿੰਦਾ ਸਰੇਜ ਜਿੰਨੀਆਂ ਸਿੰਗ ਲੈਣ ਮਾਰੂ ਚੜ ਕੇ ਸ਼ਾਟ ਪੈਂਦੇ ਆ ਉਹ ਲੋਕ ਮਾਰਦੇ ਨੇ ਬਾਹਰੋਂ ਬੈਠੇ ਲਲਕਾਰੇ ਵੀ ਕੱਢਦੇ ਨੇ ਜੁੱਸੇ ਬਾਲਾ ਛਾਲ ਮਾਰ ਪੈਂਦੀਆਂ ਇੱਕ ਹੱਥ ਬਾਲੀਆਂ ਵੀ ਬਹਿੜਾ ਬਹਿੜਾ ਕਹਿੰਦੀਆਂ ਵੀ ਨੈਟ ਟੱਚਦੇ ਨੇ ਵੱਖਰੇ ਨਜ਼ਾਰੇ ਵੀ ਆਲੋੜ ਪੈਣ ਵਾਲੀਆਂ ਵੇਖ ਲੈ ਵੀ ਚੜ ਕੇ ਚਵਾਰੇ ਵੀ ਛਾਟ ਉੱਤੇ ਛਾਟ ਪੈਂਦੇ ਨੇ ਲੋਕ ਮਾਰਦੇ ਨੇ ਬਾਹਰੋਂ ਲਲਕਾਰੇ ਲੈ ਵੀ ਕਮਾਲ ਹੋਈ ਪਈ ਆ ਲੈ ਵੀ ਸਾਡੇ ਬਹੁਤ ਸਤਿਕਾਰ ਦੇ ਯੋਗ ਨੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਖਜਾਨਚੀ ਪੰਜਾਬ ਦਲਜਿੰਦਰ ਸਿੰਘ ਜੀ ਸਾਡੇ ਗੁਰਨਾ ਸਾਹਿਬ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਵੀ ਆਹ ਕਹਿੰਦੇ ਕਮਾਲ ਹੋਈ ਜਾਂਦੀ ਦੁਨੀਆ ਦਿਆਲ ਹੋਈ ਜਾਂਦੀ ਨੰਬਰ ਬਾਈ ਕਾਲੂ ਇੱਕ ਹੀ ਰਹਿੰਦਾ ਨਾ ਕਿੰਨੇ ਨੇ 16 ਦੇ ਰੱਖ 19 ਦੀਆਂ ਨਾ ਇੱਥੇ ਰੱਖ ਤੁਸੀਂ ਤੇ ਕੁਝ ਨਾ ਕੁਝ ਦਾ ਦਿਵਾਲੀ ਉਹ ਕਰਾ ਕੇ ਪਿੰਡ ਮੁੜੋਗੇ ਚੌਂਟੀ ਬੜਾ ਤਕਨੀਕੀ ਖਿਡਾਰੀ ਆ ਮੋਟਰਸਾਈਕਲ ਵੀ ਜਿੱਤਿਆ ਆਹ ਗੱਲਾਂ ਹੁੰਦੀਆਂ ਨੇ ਮੇਰੇ ਮਿੱਤਰੋ ਆ ਚੋਬਰ ਦੇ ਔਕਸੀ ਪਿੰਡ ਦੇ ਵਿੱਚੋਂ ਆਹ ਲਾਗੇ ਦੁਧਾਲ ਪਿੰਡ ਆਹ ਨਾਲ ਹੀ ਭਰਾਵਾਂ ਦਾ ਧੰਨਵਾਦ ਵੱਡਾ ਹੈ ਆਹ ਸਾਡੇ ਵੀਰਾਂ ਦਾ ਕਹਿੰਦੇ ਧਲੇਰ ਧਲੇਰ ਦੇ ਲਾਗੇ ਕਹਿੰਦੇ ਬਿਸਨਗੜ੍ਹ ਬਈਏ ਵਾਲ ਪਿੰਡ ਛੋਟਾ ਜਿਹਾ ਪਰ ਬਾਲੀਵਾਲ ਦੀ ਖੇਡ ਕਰਕੇ ਪੂਰੀ ਦੁਨੀਆਂ ਦੇ ਵਿੱਚ ਨਾਮ ਹੈ ਅੰਕਿਤ ਕੀ ਹਾਲ ਨੇ ਸੋਲਾ ਮੈਚ ਹੈ 15-16 ਵੀਰ ਹੈਗਾ ਵੀਰੇ ਹਜੇ ਹੈਗਾ ਤੇ ਆ ਗਿਆ ਹੈ ਬਹੁਤ ਤਕੜਾ ਮੁਕਾਬਲਾ ਖੇਡਿਆ ਜਾ ਰਿਹਾ ਹੈ 16-16 ਵਧੀਆ ਵਧੀਆ ਤੂੰ ਦੱਸ ਕੀ ਹਾਲ ਨੇ ਇਹਦੇ ਹਿਸਾਬ ਨਾਲ 15-16 ਹੋ ਗਏ ਕਹਿੰਦੇ 16-16 ਵੀ ਹੋ ਜਾਣੇ ਆ ਨੌਜਵਾਨਾਂ ਵੀ ਸੋਨੇ ਤੋਂ ਮਿੱਟੀ ਪਾ ਜਾਂਗੇ ਹੱਥ ਨਾ ਡਾਂਗੇ ਕਰਨਾ ਬਰਾਬਰ ਡਾਂਗੇ ਕਰਨਾ
ਪ੍ਰੇਸ਼ਕ ਸਮਝਾਣਾ ਤੇਰੇ ਯਾਰ ਨੂੰ ਵੀ ਦੇ ਕਿਉਂਕਿ ਰਵੀ ਨਹੀਂ ਹੈ ਬਾਈ, ਰਵੀ ਨਹੀਂ ਹੈ, ਮੈਚ ਤੱਕ ਪਹੁੰਚਣਾ ਬੜਾ ਔਖਾ ਹੋ ਜਾਣਾ ਹੈ। ਗੁਰਲਾਲ ਪਿੰਡ ਦੇ ਨੰਬਰ ਵੀ ਦੱਸਦੀ ਸੁਣਿਆ ਬਈਆਲ ਤੇ ਖੁੱਲੀ ਵਾਲਾ ਖੇਡ ਲਿਖਣ 17 ਤੇ 4 ਦੀ ਖੇਡ 17 ਹੋ ਗਿਆ ਬਾਈ, ਕਿਹਦੇ 17 ਇੱਥੇ ਦੱਸਦੇ ਲਾਸਟ ਇਧਰ ਲਾਸਟ ਆ ਗਿਆ ਜੀ, ਆਓ ਮੇਰੀ ਬੇਨਤੀ ਆ ਦੀਵਾਨ ਖੇੜਾ ਤੇ ਦੰਦਗੜ ਕੁਮਾਰ ਵਾਲੇ ਜਿਹੜਾ ਵਪਾਰ ਪਾਣੀ ਧੰਦੇ ਦਾ ਪੁੱਤਰ ਨਸੇੜੀ ਹੋ ਉਸ ਬੰਦੇ ਦਾ ਰੱਬ ਯਾਦ ਆਉਂਦਾ ਨਹੀਂ ਉਦੋਂ ਬੰਦੇ ਨੂੰ ਬੇਈਮਾਨੀ ਵਾਲੇ ਜਦੋਂ ਨੋਟ ਸਾਪਦਾ ਰਿੱਧ ਵੱਲ ਪੀਕੇ ਨੀ ਜ਼ਮੀਰ ਜਾਗਦੇ ਕਦੇ ਇਹਨੂੰ ਪੀ ਕੇ ਪਚਦਾ ਨੀ ਪੈਸਾ ਪਾਪਦਾ ਹੋ ਕਦੇ ਇਹਨੂੰ ਪੀ ਕੇ ਪਚਦਾ ਨੀ ਪੈਸਾ ਪਾਪਦਾ ਬਾਕੀ ਕਹਿੰਦੇ ਮਿਹਨਤ ਦੀ ਕਮਾਈ ਖੜਦੀ ਹੈ ਹੋ ਪਾਪ ਦਾ ਪੈਸਾ ਹਜਮ ਕਰਨਾ ਵੱਡੀ ਗੱਲ ਹੈ ਲਿਖਣ ਵਾਲਿਆਂ ਨੇ ਕਹਿੰਦੇ ਬੜਾ ਸੋਹਣਾ ਲਿਖਿਆ ਸੋਹਣਾ ਮੁਕਾਬਲਾ ਖੇਡਿਆ ਜਾ ਰਿਹਾ ਉਧਰ ਨੰਬਰ ਗੁਰਲਾਲ ਕਹਿੰਦਾ ਵੀ ਇੱਕ ਬਾਕੀ ਹੈ ਆਨੰਦਗੜ੍ਹ ਤੇ ਦੀਵਾਨ ਖੇੜਾ ਵੀ ਫਾਈਨਲ ਵਰਗਾ ਮੈਚ ਖੇਡਿਆ ਜਾਣਾ ਬਹੁਤ ਤਕੜਾ ਮੈਚ ਹੋਵੇਗਾ ਦੋਨੋਂ ਟੀਮਾਂ ਗਰਾਊਂਡ ਦੇ ਨੇੜੇ ਰਹਿਣਗੀਆਂ ਮੈਚ ਦੋ ਨੰਬਰ ਦਾ ਵੀ ਬੜਾ ਤਕੜਾ ਖੇਡਿਆ ਜਾ ਰਿਹਾ ਸਿਰੇ ਦੀ ਟੱਕਰ ਹੈ ਉਹ ਦੁਨੀਆ ਮਹਿੰਦੀ ਹੈ ਬਾਲੀ ਤੇ ਬਾਲੀ ਪੈਂਦੀ ਹੈ ਗੱਲ ਕਹਿੰਦੇ ਅੱਜ ਆਲੋ ਆਲ ਦੇ ਮੇਲੇ ਦੀ ਆ ਦਿਨ ਦੀ ਬੜੀ ਉਡੀਕ ਸੀ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਸੀ ਵੇਟ ਸੀ ਅੱਜ ਉਹ ਭਾਗਾਂ ਵਾਲਾ ਦਿਨ ਹੈ ਸਾਧੂ ਸੰਤਾ ਫਕੀਰਾਂ ਦੀ ਧਰਤੀ ਜ਼ਿਲ੍ਹਾ ਪਟਿਆਲਾ ਰਾਜਾ ਮਹਾਰਾਜਾਂ ਦੀ ਧਰਤੀ ਹੈ ਉਹ ਕਹਿੰਦੇ ਅੱਜ ਆਲੋ ਆਲ ਦੀਆਂ ਗੱਲਾਂ ਹੁੰਦੀਆਂ ਬੜਾ ਤਕੜਾ ਮੁਕਾਬਲਾ ਖੇਡਿਆ ਜਾ ਰਿਹਾ ਖੇਡ ਮੈਦਾਨ ਦੇ ਵਿੱਚ ਇਹ ਕਹਿੰਦੇ ਬਾਬਾ ਹਉ ਬਾਬਾ ਹੋ ਜੂ ਖੂਨ ਖਰਾਬਾ ਕਰਨਾ ਸੁਰ ਖਰਾਬਾ ਇਹ ਕਹਿੰਦੇ ਚੈਣੇ ਵਾਲੀਆ ਬਾਬਾ ਹੈਣ ਭਲਵਾਨਾ ਵਰਗੀ ਦੇਖਦਾ ਮਾਲਕ ਹੈ ਮੁੰਡਾ ਬੜਾ ਵਧੀਆ ਮੁਕਾਬਲਾ ਖੇਡਿਆ ਜਾ ਰਿਹਾ ਹੈ ਸਰਦੂਲਗੜ੍ਹ ਦੇ ਇਲਾਕੇ ਦੀ ਟੀਮ ਹੈ ਹਉ ਕਹਿੰਦੇ ਬੁੱਗੇ ਦਾ ਲਾਲਿਆਂ ਵਾਲੀ ਵਾਲੇ ਦਾ ਅਲੱਗ ਹੈ ਗੱਲਾਂ ਲਾਲਿਆਂ ਵਾਲੀ ਦੀਆਂ ਹੋਈਆਂ ਚੈਣੇ ਵਾਲ ਦਸੋਂ ਦੀਆਂ ਵੀਰਪੁਰ ਚੋੜੀਆਂ ਉਸ ਇਲਾਕੇ ਦੀਆਂ ਬੜੀਆਂ ਟੌਪ ਦੀਆਂ ਟੀਮਾਂ ਲਓ ਚੈਣੇ ਵਾਲੀਏ ਮੁੰਡੇ ਕਹਿੰਦੇ ਸਟੇਜ ਵਾਲੀ ਸਾਈਡ ਖੇਡ ਰਹੇ ਹੈ ਜ਼ਿਲ੍ਹਾ ਮਾਨਸਾ ਹੈ ਦੂਜੇ ਪਾਸੇ ਮੈਂ ਦੇਖਦਾ ਵੀ ਜ਼ਿਲ੍ਹਾ ਫਾਜ਼ਿਲਕਾ ਖੇਡ ਰਿਹਾ ਹੈ ਬਿਲਕੁਲ ਬਾਰਡਰ ਦਾ ਇਲਾਕਾ ਹੈ ਪਿੰਡ ਦੀ ਫੋਟੀ ਕੋਨੀ ਖੜ ਕੇ ਸਾਡਾ ਘਰ ਦਿਸਦਾ ਪਟਿਆਰੇ ਆਹ ਕਹਿੰਦੇ ਬਾਰਡਰ ਦੇ ਇਲਾਕੇ ਦੀ ਟੀਮ ਖੇਡ ਰਹੀ ਹੈ ਵੱਡੇ ਮਾਣ ਵਾਲੀ ਗੱਲ ਹੈ ਵੱਡਾ ਮੈਚ ਹੈ ਜਲ ਦੀ ਧਰਤੀ ਤੇ ਖੇਡਿਆ ਜਾ ਰਿਹਾ ਹੈ ਸਾਰੇ ਕਲੱਬ ਵਾਲੇ ਵੀਰਾਂ ਦਾ ਵੱਡਾ ਧੰਨਵਾਦ ਹੈ ਬਿਲਕੁਲ ਜੰਗ ਉਮਰ ਦੇ ਮੁੰਡੇ ਆ ਨਵੀਂ ਸੋਚ ਰੱਖਣ ਵਾਲੇ ਗਾਂ ਵਧੂ ਸੋਚ ਦੇ ਮਾਲਕ ਜਿਨ੍ਹਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਵਾਹਿਗੁਰੂ ਇਹਨਾਂ ਦਾ ਪਿਆਰ ਸਦਾ ਇੱਦਾਂ ਹੀ ਬਣਾਈ ਰੱਖੇ ਅਗਲੇ ਸਾਲ ਇਹ ਵੱਡਾ ਮੇਲਾ ਕਰਾਈਏ ਮੇਲਾ ਪਹਿਲਾ ਗੁਰਲਾਲ ਸਿਆ ਐ ਲੱਗਦਾ ਜਿਵੇਂ ਸਤਾਰਵਾਂ ਅਠਾਰਵਾਂ ਮੇਲਾ ਹੁੰਦਾ ਹੈ ਇੰਨੀ ਰੀਤ ਦੇ ਨਾਲ ਇੰਨੀ ਰੂਹ ਦੇ ਨਾਲ ਇੰਨੇ ਸਕੂਨ ਦੇ ਨਾਲ ਮੁੰਡਿਆਂ ਨੇ ਮੇਲਾ ਕਰਵਾਇਆ ਇੰਝ ਲੱਗਦਾ ਵੀ ਸਤਾਰਵਾਂ ਅਠਾਰਵਾਂ ਮੇਲਾ ਹੋਵੇ ਪਰ ਵੱਧ ਦੇਖ ਕੇ ਤੇ ਐ ਲੱਗਦਾ ਵੀ ਸਤਾਰਵਾਂ ਅਠਾਰਵਾਂ ਮੇਲਾ ਹੁੰਦਾ ਤੇ ਲੰਗਰ ਦੀ ਗੱਲ ਕਰੀਏ ਸੌ ਚੋਂ ਪੰਜ ਚਾਰ ਹੀ ਟੂਰਨਾਮੈਂਟ ਇਹੋ ਜਿਹੇ ਹੁੰਦੇ ਹੈ ਜਿੱਥੇ ਲੰਗਰ ਦਾ ਇੱਦਾਂ ਦਾ ਪ੍ਰਬੰਧ ਹੁੰਦਾ ਹੈ
ਨਹੀਂ ਤੇ ਬਾਹਲੇ ਲੰਗਰ ਇਹੋ ਜਿਹੇ ਜਿੱਥੇ ਰੋਟੀ ਨਹੀਂ ਮਿਲਦੀ ਖਿਡਾਰੀਆਂ ਨੂੰ। ਪਰ ਜਲੋ ਵਾਲੀਆਂ ਨੇ ਦਿਲੀ ਜਿੱਤ ਲਿਆ, ਨਾ ਤੇ ਥੋੜਾ ਪਰ ਲੰਗਰ ਬਹੁਤ ਜ਼ਰੂਰੀ ਹੈ। ਲੰਗਰ ਬੜਾ ਜ਼ਰੂਰੀ ਹੈ, ਆਲੋਵਾਲਾ ਤੋਂ ਜ਼ਰੂਰ ਸੇਧ ਲਓ ਲੰਗਰ ਦੀ। ਬਾਬੇ ਨਾਨਕ ਦੀ ਕਹਿੰਦੇ ਮੇਹਰ ਨਗਰ ਤੇ ਸਲਾਘੇ ਤੇ ਲੰਗਰ ਵੀ ਮੁੰਡਿਆਂ ਨੇ ਟੌਪ ਦਾ ਤਿਆਰ ਕੀਤਾ। ਵਾਹਿਗੁਰੂ ਇਹਨਾਂ ਨੂੰ ਹੋਰ ਵੀ ਤਰੱਕੀਆਂ ਬਖਸ਼ੇ। ਬਹੁਤ ਸੋਹਣਾ ਮੈਂ ਸਰਵੇ ਕਰਨ ਦੇ ਲਈ ਬਾਬਾ ਕਹਿੰਦੇ ਚੈਣੇ ਵਾਲੀ ਆ ਤਿਆਰ ਬ ਤਿਆਰ ਹੈ ਫਿਰ ਮੈਦਾਨ ਦੇ ਵਿੱਚ। ਉਧਰ ਠੋਲੀ ਵਾਲ ਦੀ ਟੀਮ ਦਾ ਵੀ ਮੈਚ ਬਹੁਤ ਸੋਹਣਾ ਖੇਡਿਆ ਜਾ ਰਿਹਾ। ਮਿੱਠੂ ਵਰਗੇ ਸਨੀ ਵਰਗੇ ਮੁੰਡੇ ਲੋ ਬਾਬੇ ਨੇ ਕਹਿੰਦੇ ਫਿਰ ਕਮਾਲ ਕਰਤੀ ਹੈ। ਸੋਲਾ ਦੀ ਟੱਕਰ ਬਾਈ ਸਾਡੇ ਅੰਦਰੋਂ ਕੋਰਾ ਇਹ ਭਰਾ ਸਾਡਾ ਤੇ ਨਰਿੰਦਰ ਦੇ ਨਾਲ ਇੰਦਰ ਹੈ ਉਹ ਭਰਾ ਸਾਡੇ ਕਹਿੰਦੇ 38 ਤਰੀਕ ਨੂੰ ਖੁੱਲੇ ਸੱਦੇ ਲਾਉਂਦੇ ਆ। ਰੌਣਕ ਕਹਿੰਦੇ ਵੱਡੀ ਹੋਣੀਆਂ ਆਹ ਗੱਲਾਂ ਹੋਣਗੀਆਂ ਦਾਦੂ ਦੀ ਧਰਤੀ ਤੇ ਕਰਕੇ ਕਹਿੰਦੇ ਵੱਡੇ ਵੱਡੇ ਮੈਚ ਜਿਹੜੇ ਹੋਣਗੇ। ਲੈ ਵੀ ਇੱਧਰ ਮੈਚ ਸਮਾਪਤ ਆ ਜੀ। ਬਈਆਲ ਦੀ ਟੀਮ ਜਿਹੜੀ ਜਿੱਤ ਰਹੀ ਹੈ ਵੀਰੇ ਬਈਆ ਵਾਲੀਆਂ ਮੁੰਡੇ ਜਿਹੜੇ ਸੈਮੀ ਚ ਹੈ ਬਹੁਤ ਬਹੁਤ ਮੁਬਾਰਕਾਂ ਕਹਿੰਦੇ ਉੱਪਰੋਂ ਮੁੜ ਗਈ ਹੈ ਵਾਹ ਕਿਸਮਤ ਹੈ ਬਈਆ ਦੀ ਖੀਰ ਤੇ ਬਣ ਗਿਆ ਜੋਬਣਾ ਦੇ ਵੀਰੇ ਮਾਹੌਲੀ ਵਾਲਾ ਮੈਂ ਵੀ ਜੋਬਣਾ ਕੇ ਮੈਚ ਕਰਾਂ ਮੇਰਾ ਵੀਰ ਗਰਾਊਂਡ ਨੰਬਰ 1 ਹਾਂਜੀ ਤੇ ਨਾਲ ਹੀ ਭਰਾ ਸਾਡਾ ਗੋਰਾ ਤੇ ਨਾਲ ਹੀ ਨਰਿੰਦਰ ਦੇ ਨਾਲ ਇੰਦਰ 38 ਤਰੀਕ ਨੂੰ ਆਹ ਦਾਦੂ ਕਹਿੰਦੇ ਜਿਹੜਾ ਸਰਸਾ ਹਰਿਆਣੇ ਦੇ ਵਿੱਚ ਵੱਡੀਆਂ ਰੌਣਕਾਂ ਲੱਗਣੀਆਂ ਵੀਰ ਸਾਡੇ ਖੁੱਲੇ ਸੱਦੇ ਲਾਉਂਦੇ ਆ ਹਰ ਰੌਣਕ ਵੱਡੀ ਹੋਣੀ ਆ 29 ਤਰੀਕ ਨੂੰ ਰੌਣਕ ਕਹਿੰਦੇ ਵੱਡੀ ਲੱਗੂਗੀ 8 ਘੰਟੇ ਹੁੰਦਾ ਹੈ 15 ਮਿੰਟ ਰਹਿ ਗਏ 13 ਥੱਲੀ ਰੱਖੂੰਗਾ ਪਹਿਲਾਂ ਹੀ ਦੇਖਦਾ ਮੈਨੂੰ ਐਂ ਜੇ ਖਤਮ ਹੋ ਜਾ ਮੈਚ ਗੇਮ ਆ ਗਿਆ ਉੱਨੀ ਹੋ ਗਏ ਕਾਲੂ 18-16 ਦੀ ਟੱਕਰ ਬਾਈ ਯਾਰ ਜੇ ਮੈਚ ਚੰਗਾ ਲੱਗ ਰਿਹਾ ਠੰਡੇ ਜੇ ਹੋ ਗਏ ਇੱਕ ਵਾਰੀ ਤਾੜੀ ਤਾਂ ਮਾਰ ਦੋ ਜ਼ੋਰਦਾਰ ਦੋਨੋਂ ਟੀਮਾਂ ਦੇ ਲਈ 18-16 19ਵਾਂ ਨੰਬਰ ਜੇ ਜੁੜ ਗਿਆ ਤੇ ਫਿਰ 20ਵਾਂ ਹੁੰਦਿਆਂ ਟਾਈਮ ਨਹੀਂ ਉਹ ਲੱਗਣਾ ਰਾਮਕੋਟ ਵਾਲਿਆ ਬਾਤਾਂ ਦੂਰ ਦੀਆਂ ਕੱਲਾ ਕੱਲਾ ਕਿਲੋਮੀਟਰ ਇਹ ਮੁਕਾਇਆ ਨਹੀਂ ਉਹ ਮੁੱਕਣਾ ਬਈ ਵਾਹ ਇੱਕ ਗੱਲ ਹੋਰ ਆ ਸੁਖਦੀਪ ਜੇ ਕੋਈ 19 ਕੀ ਗੱਲ ਹੋ ਗਈ ਨਾ ਤੈਨੂੰ ਗੱਡੀ ਜੇ ਨਾਲ ਨਹੀਂ ਲਿਜਾਂਦੇ ਇਹ ਤਾਂ ਤੈਨੂੰ ਤੋੜ ਕੇ ਲਿਜਾਣਗੇ ਵੀ ਆਹ ਤੇ ਗਲਤੀ ਬਹੁਤ ਵੱਡੀ ਕਰ ਬੈਠਾ ਬਾਈ ਜੀ ਦੀਵਾਨ ਖੇਡ ਦੀ ਟੀਮ ਤੇ ਨੰਦਗੜ੍ਹ ਵਾਲੇ ਮੁੰਡੇ ਗਰਾਊਂਡ ਨੰਬਰ 1 ਦੇ ਵਿੱਚ ਬਾਈ ਜੀ ਬਿਨਾਂ ਕਿਸੇ ਦੇਰੀ ਤੋਂ ਰਿਪੋਰਟ ਕਰਨਗੇ ਜੀ
ਨੰਦਗੜ੍ਹ ਦੀ ਟੀਮ ਔਰ ਦੀਵਾਨ ਖੇਡਿਆ ਦੇ ਮੁੰਡੇ ਜਲਦੀ ਨਾਲ ਗਰਾਊਂਡ ਨੰਬਰ ਇੱਕ ਦੇ ਵਿੱਚ ਆ ਜਾਣ। ਇੱਧਰ 16 ਤੇ 18 ਦੋ ਪੁਆਇੰਟਾਂ ਦਾ ਫਰਕ ਆ। ਮੁੰਡੇ ਕਹਿੰਦੇ ਝਨੇਰ ਵਾਲੇ ਵੀ ਤੱਕਦੇ ਆ ਮੈਚਾਂ ਨੂੰ। ਆਲੋ ਵਾਲੀਏ ਕਹਿੰਦੇ ਪ੍ਰਿੰਸ ਨੇ ਸੱਦੇ ਲਾਇਆ ਟੀਮਾਂ ਨੂੰ, ਬੜਾ ਪਿਆਰ ਸਤਿਕਾਰ ਹੈ ਸਾਰੇ ਵਾਲੀਬਾਲ ਦੇ ਖਿਡਾਰੀਆਂ ਦੇ ਨਾਲ ਮੇਰੇ ਮਿੱਤਰੋ। ਤੇ ਅੱਜ ਕਹਿੰਦੇ ਸਾਡੇ ਭਰਾ ਦੀਆਂ ਯਾਦਾਂ ਤਾਜ਼ੀਆਂ ਕੀਤੀਆਂ ਜਾ ਰਹੀਆਂ ਨੇ ਵੀ ਲਾਰਜ ਖਾਤਰ ਲੋਕ ਵਜਾਉਂਦੇ ਘਰ ਦੀ ਘੰਟੀ ਪਈ ਹੈ ਤੇ ਮੇਡ ਇਨ ਚਾਈਨਾ ਵਾਂਗੂ ਕਿਸੇ ਦੀ ਇਹ ਕੋਈ ਗਰੰਟੀ ਨਹੀਂ ਹੈ ਤੇ ਝੂਠ ਦੀ ਮੰਡੀ ਰੋਜ਼ ਵਪਾਰੀ ਹੋ ਹੋ ਨੱਦ ਜਾਂਦਾ। ਢਿੱਲਵਾ ਰੀੜ ਦੀ ਹੱਦੀ ਟੁੱਟ ਜਾਏਗੀ ਜਦ ਕੋਈ ਆਪਣਾ ਛੱਡ ਜਾਂਦਾ। ਨੰਦਗੜ੍ਹ ਦੀ ਟੀਮ ਬਾਈ ਦੀ ਆ ਗਈ ਹੈ ਗਰਾਊਂਡ 'ਚ। ਸੁਣੋ ਆਓ ਮੇਰਾ ਵੀਰ ਖੇਡੋ ਯਾਰ ਲਾਵੀ ਕਿੰਨੇ ਕਿੰਨੇ ਹੋ ਗਏ 17 17 18 17 ਤੇ 18 ਦੀ ਟੱਕਰ ਹੋ ਗਈ ਆ। ਨਾ ਵੀ ਪ੍ਰਿੰਸ ਟੀਮਾਂ ਨੇ ਦੋਵੇਂ ਸੱਦੀਆਂ ਸੋਹਣੇ ਵੀਰ, ਪਰ ਜੋਤੀ ਨਾਲ ਪਿਆਰ ਤੇ ਰੱਖ ਜਿਹੜਾ ਥੋੜਾ ਕੁਝ ਜ਼ਿਆਦਾ ਆ, ਪਰ ਜੋਤੀ ਆਹ ਮੁੰਡੇ ਨੇ ਸੱਦੇ ਲਾਏ ਤੇ ਪ੍ਰਿੰਸ ਦਾ ਮਾਣ ਵੀ ਤੈਨੂੰ ਰੱਖਣਾ ਪੈਣਾ ਹੈ ਤੇ ਗੱਲ ਤੇ ਕੋਈ ਨਾ ਕੋਈ ਬਣਾਉਣੀ ਪੈਣੀ। ਲੈ ਵੀ 17 ਤੋਂ 18 ਕਰਨ ਦੇ ਲਈ ਕੋਸ਼ਿਸ਼ ਕਰਤੀ ਮੁੰਡਿਆਂ ਨੇ 17 ਤੋਂ 18, ਜੇ 18-18 ਹੋ ਗਏ ਨਾ ਤੇ ਭੰਗੜੇ ਪੈਣਗੇ, ਜੇ 18-18 ਹੋ ਗਏ ਤੇ ਮੁੰਡੇ ਕਹਿੰਦੇ ਰਾਮ ਕੋਈ ਇੱਥੇ ਢਹੇ 18-18 ਅਰਸ਼ ਗਿੱਲ ਮੁਲਤਾਨੀਆ ਬੰਨੀ ਉਹ ਸੁਰੇਸ਼ ਦੀ ਸਿੰਗਲ ਹੈਂਡ ਹੈ, ਸੁਖਦੀਪ ਤੇ 1100 ਦੀ ਕਿਆ ਬਾਤ ਹੈ। ਉਧਰ ਅਰਸ਼ ਗਿੱਲ ਮੁਲਤਾਨੀਆ ਵਸਦਾ ਵਿੱਚ ਕੈਨੇਡਾ ਦੇ, ਜੇ ਰਾਮਕੋਟ ਵਾਲਾ ਸੁਰੇਸ਼ ਸੁਖਦੀਪ ਤੇ ਲਾਉਂਦਾ ਤੇ ਸਿੰਗਲ ਹੈਂਡ ਸਮੈਸ਼ ਲਾਵੇ ਤੇ 1100 ਰੁਪਈਆ ਜਾਂ ਜਾਂ 19ਵਾਂ ਪੁਆਇੰਟ ਲੈਂਦਾ ਸੁਰੇਸ਼ ਤਾਂ ਵੀ 1100। ਕਿਆ ਬਾਤ ਹੈ, ਜੇ 19ਵਾਂ ਪੁਆਇੰਟ ਜੋੜ ਦੇਵੇ ਸੁਰੇਸ਼ ਤਾਂ ਵੀ 1100 ਰੁਪਈਆ ਦਿੱਤਾ ਜਾਵੇਗਾ। ਲੈ ਵੀ ਮੈਂ ਕੋਈ ਇੱਕੀਆਂ ਦਾ ਬਈ ਜੀ ਐਂਡ ਗੱਲਬਾਤ ਵਾਲਾ ਆ ਜੇ ਮੇਰੇ ਕੋਲੇ ਵੀਰ, ਸਾਡਾ ਟਾਈਆਂ ਕੱਢਣ ਜਾ ਰਹੇ ਹੈ ਸੇਮੀ ਦੀਆਂ। ਜੇ ਕੋਈ ਵੀਰ ਦੇਖਣਾ ਚਾਹੁੰਦਾ ਹੈ ਉਹ ਟਾਈਆਂ ਦੇਖਣ ਦੇ ਲਈ ਆ ਸਕਦਾ, ਨੀ ਮਾਲਵਾ ਬੈਲਟ ਆ ਜੇ ਨੀ ਐਂਡ ਗੱਲਬਾਤ ਆ ਜੀ। ਸੋਨੀ ਆਇਆ 19 ਹੋ ਗਏ ਅਰਸ਼ ਕਰਤਾ ਕੰਮ ਮੁੰਡੇ ਨੇ ਆਉਂਦਾ ਭਵੇ ਨਾਮ ਜਿਹੜੇ ਜਿਹੜੇ ਰਾਮਕੋਟ ਦੀ ਸਪੋਰਟ ਚ ਇੱਕ ਵਾਰੀ ਤਾੜੀ ਤਾਂ ਮਾਰਦੇ ਆ ਜ਼ੋਰਦਾਰ ਬੰਦਿਆਂ ਨੂੰ। ਬਈ ਜੇ ਕੋਈ ਵੀ ਤਾਈਆਂ ਦੇਖਣੀਆਂ ਚਾਹੁੰਦਾ ਆ ਸਕਦਾ ਸਟੇਜ ਤੇ, ਬਾਅਦ ਕੋਈ ਇਤਰਾਜ ਨਾ ਕਰੋ। 19 ਤੇ 18 ਤੇ ਜਿਹੜੇ ਜਿਹੜੇ ਕਹਿੰਦੇ ਬਈ ਨਹੀਂ ਚੌਂਕੀ ਖੜਾ ਹੋਵੇ ਮੁੰਡੇ ਚੈਣੇ ਵਾਲੀ ਜਿੱਤਣਗੇ, ਇੱਕ ਵਾਰੀ ਤਾੜੀ ਮਾਰ ਦੋ ਜ਼ੋਰਦਾਰ ਯਾਰ। ਆਹ ਜਿਹੜੇ ਜਿਹੜੇ ਕਹਿੰਦੇ ਵੀ ਰਾਮਕੋਟ ਵਾਲਾ ਖੜਾ ਉਤਰ ਤੇ ਅੱਜ ਨੀ ਮੰਨਦਾ ਇੱਥੇ ਰੱਖ ਲੈ ਵੀ ਉਧਰੋਂ ਪ੍ਰਿੰਸ ਗੁਰਨਾ ਕਹਿੰਦਾ ਵੀ ਜੇ ਸਿੰਗਲ ਹੈਂਡ ਦੀ ਪਾਰ ਲਾ ਗਿਆ ਚੌਂਕੀ ਸੁਰੇਸ਼ ਤੇ
ਮੁਕਾਬਲਾ ਖੋਲ ਗਏ ਨਾ ਤੇ 500 ਦੇ ਨਾਲ ਵੱਡੇ ਮਾਰ ਕਰਨਾ ਤੇ ਵੱਡੇ ਹੋ ਗਏ ਸੀ ਮਾਰ ਤੇ ਪੋਲੇ ਪੈਰੀ ਨੀ ਮਾਰਦਾ ਰਾਮ ਕੋਟੀਆ ਓਹੋ ਉਹ ਬੱਲੇ ਸਿਰਾ ਯਾਰ ਸਿਰਾ ਐਂਡ ਕਰ ਗਿਆ ਸੀ ਸੁਖਦੀਪ ਤੇਰੇ ਲੈ ਵੀ ਇੱਕ ਮਿੰਟ ਦੇ ਵਿੱਚ ਹੀ ਵਾਪਸ ਆ ਗਏ ਅੱਠ ਘੰਟੇ ਟਾਈਮ ਹੋ ਗਿਆ ਪੂਰਾ ਇੱਕ ਮਿੰਟ ਦੇ ਵਿੱਚ ਸੈਕਿੰਡ ਦੇ ਵਿੱਚ ਹੀ